काम क्रोध लोभ रत निंदा सत संतोख बिदारन इनते काड लेहो मेरे स्वामी। हार पर्यो तुम सारन नानक की बेनंती प्रभ पह साध संग रंक तारण बाणी गुरु गुरु है बाणी विच बाणी अमृत सारे गुरबाणी कह सेवक जन माने प्रतख गुरु निस्तारे गुरबाणी कह सेवक जन माने प्रतख गुरु निस्तारे सतनाम श्री वाहिगुरु साहिब जी रुआल छंद तौ प्रसाद आद रूप अनाद मूरत अजोन पुरख अपार सर्वमान त्रिमान देव अपेव आद उदार आद रूप अनाद मूरत अजोन पुरख अपार परम सन्मान योग गुरु रूप खालसा साध संगत जीओ सिनेमर फतेह प्रवान करो जी। वाहिगुरु जी का खालसा वाहिगुरु जी की फतेह। सतगुरु जी गरीब नवाज बाणी के बोहित धन गुरु अर्जन देव साहब महाराज तिन्हां ने बड़े ही पवित्र बचन गुरबाणी दे विच दर्ज ने। तुर की बाणी आई तिन सगली चिंत मिटाई। तुर दी बाणी दा भाव अर्थ जे करिए तां तुर दी बाणी दा भाव अर्थ बनता है जिहड़ी वाहिगुरु जी दे देश तों आई है सचखंड विचों आई है। वैसे जे धार्मिक ग्रंथां अनुसार विचार कीती जावे तां भाई साहिब भाई गुरदास साहिब जी लिखदे ने खाणी बाणी चलत कर आवा गौण चरित्र दिखाई चौरासी लख जून उपाई। कहिंदे ने कि जदों वाहिगुरु परमेश्वर ने चार खाणियां पैदा कीतियां अंडा जीरे उत्पज सेतज तां उस समय इन्हां खाणियां दा व्यवहार किदां होवे कम किदां चले तां वाहिगुरु जी ने बाणी प्रगट कीती ते बाणी दे चार रूप मन्ने जांदे ने बैखरी मधमा पसंती ते परा। बैखरी कहिंदे उच्चा बोलना मधमा कंठ दे विच पसंती हिरदे दे विच हिरदे विच ते परा नाभी च। तां संसार दी उत्पत्ति चार खाणियां दी उत्पत्ति जदों हो गई आंडे तो पैदा होने वाले जेर तो पैदा होने वाले पसीने तो पैदा होने वाले उत्पज धरती तो पैदा होने वाले जिवें बनस्पति है
ਤਾਂ ਇਸ ਸੰਸਾਰ ਦਾ ਵਿਵਹਾਰ ਨਹੀਂ ਚੱਲਿਆ, ਫਿਰ ਕੰਮ ਕਾਜ ਨਹੀਂ ਚੱਲਿਆ, ਫਿਰ ਵਾਹਿਗੁਰੂ ਪਰਮੇਸ਼ਰ ਨੇ ਬਾਣੀ ਪੈਦਾ ਕੀਤੀ। ਖਾਣੀ ਬਾਣੀ ਚਲਤ ਕਰ, ਆਵਾ ਗੌਣ ਚਰਿੱਤਰ ਦਿਖਾਈ। ਇਸ ਕਰਕੇ ਵੀ ਬਾਣੀ ਨੂੰ ਧੁਰਦੀ ਬਾਣੀ ਕਿਹਾ ਜਾਂਦਾ ਹੈ, ਕਿਉਂ ਇਹ ਵੀ ਸੰਸਾਰ ਦੇ ਵਿੱਚ ਸਭ ਤੋਂ ਪਹਿਲਾਂ ਉਤਪੰਨ ਹੋਈ ਆ, ਤੇ ਫਿਰ ਇਹਦਾ ਸੰਸਾਰ ਦਾ ਕੰਮ ਕਾਜ ਜਿਹੜਾ ਚੱਲਣਾ ਸ਼ੁਰੂ ਹੋਇਆ। ਇਸੇ ਕਰਕੇ ਮਹਾਰਾਜ ਜੀ ਬਾਣੀ ਦੇ ਵਿੱਚ ਵੀ ਫਰਮਾਉਂਦੇ ਨੇ, ਅਖਰੀ ਨਾਮ ਅਖਰੀ ਸਾਲਾਹ, ਅਖਰੀ ਗਿਆਨ ਗੀਤ ਗੁਣ ਗਾਹ, ਅਖਰਾ ਲਿਖਣ ਬੋਲਣ ਬਾਣ, ਅਖਰਾ ਸਿਰ ਸੰਯੋਗ ਵਖਾਣ, ਜਿਨ ਇਹ ਲਿਖੇ ਤੇ ਸਿਰ ਨਾਹੇ, ਜਿਵ 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 ਫਰਮਾਏ ਤਿਵ ਤਿਵ ਪਾਹੇ, ਜਿਵ ਫਰਮਾਏ ਤਿਵ ਤਿਵ ਪਾਹੇ। ਇਸ ਬਾਣੀ ਦੇ ਨਾਲ ਅਭਿਆਸ ਕਰਦਿਆਂ, ਸਿਮਰਨ ਕਰਦਿਆਂ, ਕਿਉਂ ਬਾਣੀ ਤੇ ਇੱਕ ਸਾਊਂਡ ਹੀ ਆਵਾਜ਼ ਹੀ ਆ, ਜੇ ਇਹਦੇ ਚ ਅਸੀਂ ਨਾਮ ਨੂੰ ਪਾ ਕੇ ਜਪਾਂਗੇ, ਗੁਰਬਾਣੀ ਪੜਾਂਗੇ, ਤਾਂ ਫਿਰ ਸਾਡਾ ਇਹ ਪਰਮਾਰਥ ਸਿੱਧ ਕਰਦੀ ਹੈ। ਜਿੱਥੇ ਇਸ ਬਾਣੀ ਨਾਲ ਪਰਮਾਰਥ ਸਿੱਧ ਹੁੰਦਾ ਹੈ, ਉੱਥੇ ਵਿਵਹਾਰ ਵੀ ਇਹਦੇ ਸਿਰ ਤੇ ਹੀ ਚੱਲਦੇ, ਕੰਮ ਕਾਜ ਦੁਨੀਆਂ ਦੇ ਸਾਰੇ। ਇਸ ਕਰਕੇ ਬਾਣੀ ਨੂੰ ਗੁਰੂ ਵੀ ਕਿਹਾ ਗਿਆ, ਕਿਉਂ ਇਹਦੇ ਬਿਨਾਂ ਨਾ ਤੇ ਪਰਮਾਰਥ ਰੱਬ ਦਾ ਰਾਹ ਸਿੱਧ ਹੋਵੇ ਤੇ ਨਾ ਵਿਵਹਾਰ ਦੁਨੀਆਂ ਦਾ ਕੰਮ ਚੱਲੇ। ਜਿਹੜੇ ਗੁਰਮੁਖ ਪਿਆਰੇ ਬਾਣੀ ਪੜ੍ਹਦੇ ਨੇ, ਉਹਨਾਂ ਵਾਸਤੇ ਧਾਰਮਿਕ ਗ੍ਰੰਥਾਂ ਨੇ ਤਿੰਨ ਚੀਜ਼ਾਂ ਲਾਜ਼ਮੀ ਕੀਤੀਆਂ ਨੇ, ਧਾਰਨਾ, ਧਿਆਨ ਤੇ ਸਮਾਧੀ। ਹੁਣ ਇਸ ਬਾਣੀ ਦੇ ਵਿੱਚ ਅਸੀਂ ਜਦੋਂ ਆਪਣੇ ਨਾਮ ਨੂੰ ਪਾ ਕੇ ਅਭਿਆਸ ਕਰਦੇ ਹਾਂ ਜਾਂ ਇਸ ਬਾਣੀ ਨਾਲ ਪਰਮਾਤਮਾ ਦੀ ਉਸਤਤ ਕਰਦੇ ਹਾਂ ਜਾਂ ਨਾਮ ਜਪਦੇ ਹਾਂ, ਤਾਂ ਚਿੱਤ ਨੂੰ ਠਹਿਰਾਉਣ ਦੇ ਵਿੱਚ ਇਹ ਸਹਾਇਤਾ ਕਰਦੀ ਹੈ, ਜਿਹਨੂੰ ਕਹਿੰਦੇ ਧਾਰਨਾ। ਧਾਰਨਾ ਕਹਿੰਦੇ ਨੇ ਦੇਸ਼ ਬੰਦਸ਼ ਚਿੱਤਸਯ ਧਾਰਨਾ, ਵੀ ਨਾਭੀ ਚੱਕਰ ਜਿਹਨੂੰ ਧੁੰਨੀ ਕਹਿ ਦਿੰਦੇ ਜਾਂ ਹਿਰਦਾ ਕਮਲ, ਇਹ ਸਰੀਰ ਦੇ ਅੰਦਰ ਜਾਂ ਫਿਰ ਬਾਹਰ ਆਕਾਸ਼ ਜਾਂ ਸੂਰਜ ਜਾਂ ਚੰਦਰਮਾ ਜਾਂ ਦੇਵਤਾ ਜਾਂ ਮੂਰਤੀ, ਜਾਂ ਫਿਰ ਜਿਵੇਂ ਆਪਣੇ ਸਿੱਖ ਸ਼ਬਦ ਦੇ ਵਿੱਚ ਏਦਾਂ ਚਿੱਤ ਨੂੰ ਕਿਸੇ ਇੱਕ ਥਾਂ ਤੇ ਟਿਕਾਉਣਾ। ਕਈ ਨਾਭੀ 'ਚ ਟਿਕਾਉਂਦੇ ਆ, ਕਈ ਭਰਵੱਟਿਆਂ ਦੇ ਵਿਚਕਾਰ ਟਿਕਾਉਂਦੇ ਆ, ਹਿੰਦੂ ਧਰਮ ਦੇ ਵਿੱਚ ਮੂਰਤੀ 'ਚ ਟਿਕਾਉਣਾ ਜਾਂ ਸੂਰਜ 'ਚ ਟਿਕਾਉਣਾ ਜਾਂ ਚੰਦਰਮਾ 'ਚ ਟਿਕਾਉਣਾ ਜਾਂ ਕਿਸੇ ਦੇਵਤੇ 'ਚ ਟਿਕਾਉਣਾ, ਤੇ ਸਿੱਖ ਸ਼ਬਦ ਸੁਰਤ ਅਭਿਆਸ ਕਰਦੇ ਆ, ਆਪਣੀ ਸੁਰਤ ਨੂੰ ਸ਼ਬਦ 'ਚ ਟਿਕਾਉਂਦੇ। ਤਾਂ ਇੱਕ ਦੇਸ਼ ਮੈਨੇ ਇੱਕ ਥਾਂ ਤੇ ਚਿੱਤ ਨੂੰ ਟਿਕਾਉਣਾ, ਲਾਉਣ ਦਾ ਯਤਨ ਕਰਨਾ, ਇਹਨੂੰ ਧਾਰਨਾ ਕਹਿੰਦੇ। ਹੌਲੀ ਹੌਲੀ ਬਾਣੀ ਪੜ੍ਹਦਿਆਂ, ਬਾਣੀ ਦੇ ਨਾਲ ਨਾਮ ਦਾ ਅਭਿਆਸ ਕਰਦਿਆਂ ਇਹ ਪਹਿਲੀ ਅਵਸਥਾ ਕੀ ਬਣਦੀ ਹੈ? ਧਾਰਨਾ, ਵੀ ਜਾਂ ਤੇ ਨਾਭੀ 'ਚ ਟਿਕੇਗਾ ਜਾਂ ਮੱਥੇ ਦੇ ਵਿਚਕਾਰ ਟਿਕੇਗਾ ਜਾਂ ਹਿਰਦੇ ਕਮਲ 'ਚ ਟਿਕੇਗਾ ਜਾਂ ਕਿਸੇ, ਜੇ ਹਿੰਦੂ ਧਰਮ ਦਾ ਕੋਈ ਪ੍ਰੇਮੀ ਤਾਂ ਦੇਵੀ ਦੇਵਤੇ ਵਿੱਚ, ਸੂਰਜ ਜੀ, ਚੰਦਰਮਾ ਆਦਿਕ। ਤੇ ਸਿੱਖ ਦਾ ਚਿੱਤ ਕਿੱਥੇ ਟਿਕਣਾ ਸ਼ੁਰੂ ਹੁੰਦਾ? ਸ਼ਬਦ 'ਚ। ਕੁਝ ਚਿਰ ਖਲੋਣਾ ਸ਼ੁਰੂ ਹੁੰਦਾ, ਉਹਨੂੰ ਧਾਰਨਾ ਕਹਿ ਦਿੰਦੇ ਹਨ। ਫਿਰ ਦੂਸਰੀ ਅਵਸਥਾ ਆਉਂਦੀ ਹੌਲੀ ਹੌਲੀ, ਉਹ ਕੀ ਹੁੰਦੀ ਆ? ਤੱਤਰ ਪ੍ਰਤੀ ਏਕਤਾਨਾਤਾ ਧਿਆਨਮ। ਜਿਸ ਵਸਤੂ ਦੇ ਵਿੱਚ ਅਸੀਂ ਚਿੱਤ ਟਿਕਾਉਣ ਦਾ ਯਤਨ ਕਰਦੇ ਸੀ, ਉਹਦੇ ਵਿੱਚ ਚਿੱਤ ਦੀ ਬਿਰਤੀ ਇਕਾਗਰ ਹੋ ਜਾਏ, ਟਿਕ ਜਾਵੇ, ਉਹਨੂੰ ਧਿਆਨ ਕਹਿੰਦੇ ਆ। ਤੇ ਤਥਾਈਵ ਅਰਥ ਮਾਤਰ ਨਿਰਭਾਸਮ ਸਰੂਪ ਸ਼ੂਨਿਆ ਸ਼ੂਨਿਅਮ ਇਹ ਸਮਾਧੀ।
ਜਦੋਂ ਸਿਰਫ ਵਾਹਿਗੁਰੂ ਹੀ ਰਹਿ ਜੇ ਤੇ ਆਪਣੇ ਆਪ ਦਾ ਚੇਤਾ ਭੁੱਲ ਜੇ ਵੀ ਮੈਂ ਕੌਣ ਆ, ਕਦੋਂ ਦਾ ਬੈਠਾ ਵਾਂ, ਹਉਮੈ ਦੀ ਪ੍ਰਤੀਤੀ ਖਤਮ ਹੋ ਜੇ, ਸਿਰਫ ਧੇ ਮਾਤਰ ਰਹਿ ਜੇ, ਜਿਹਦਾ ਜਿਹਦੇ ਵਿੱਚ ਚਿੱਤ ਟਕਾਉਂਦੇ ਸੀ ਬਸ ਉਹਦਾ ਖਿਆਲ ਹੀ ਰਹਿ ਜੇ, ਆਪਣਾ ਆਪ ਖਤਮ ਹੋ ਜੇ, ਉਹਨੂੰ ਸਮਾਧੀ ਕਿਹਾ ਗਿਆ। ਤਾਂ ਇੱਦਾਂ ਜਿਹੜੀ ਬਾਣੀ ਆ ਇਹ ਸਹਾਇਤਾ ਕਰਦੀ ਆ ਮਨ ਨੂੰ ਟਿਕਾਉਣ ਦੇ ਵਿੱਚ। ਇਸ ਕਰਕੇ ਮੂਲ ਰੂਪ ਦੇ ਵਿੱਚ ਬਾਣੀ ਨੂੰ ਗੁਰੂ ਇਸੇ ਕਰਕੇ ਮੰਨਿਆ ਜਾਂਦਾ ਹੈ। ਜਿਹੜੀ ਕਥਾ ਆਪਾਂ ਕਰਦੇ ਪਏ ਹਾਂ, ਆਪ ਜੀ ਕਰਾਉਂਦੇ ਪਏ ਹੋ, ਮਹਾਂਪੁਰਸ਼ਾਂ ਦਾ ਪਵਿੱਤਰ ਸਥਾਨ ਹੈ। ਵੈਸੇ ਤੇ ਗੁਰਬਾਣੀ ਦੇ ਅਰਥ ਸਮਝ ਦੇ ਵਿੱਚ ਆਉਣੇ ਇਹ ਵੀ ਬੜੀ ਭਾਗਾਂ ਦੀ ਗੱਲ ਹੈ। ਮੰਨ ਲਓ ਤੁਸੀਂ ਤੁਰੇ ਜਾਂਦੇ ਹੋ ਪਰਿਕਰਮਾ ਦੇ ਵਿੱਚ ਅਤੇ ਤੁਹਾਨੂੰ ਕੋਈ ਗੁਰਬਾਣੀ ਦੀ ਤੋਕ ਤੁਹਾਡੇ ਕੰਨਾਂ 'ਚ ਪੈਂਦੀ ਆ, ਤੁਹਾਨੂੰ ਉਹਦਾ ਅਰਥ ਸਮਝ 'ਚ ਆਉਂਦਾ, ਤਾਂ ਆਪਾਂ ਕੀ ਕਹਿੰਦੇ ਹਾਂ ਵੀ ਵਾਹ ਬਈ ਵਾਹ, ਕਿੰਨੇ ਸਵਾਦ ਵਾਲੀ ਬਾਣੀ ਆ ਤੇ ਕਿੱਡਾ ਸੋਹਣਾ ਅਰਥ ਆ। ਇਹ ਵੀ ਬੜੀ ਕਿਰਪਾ ਵਾ, ਪਰ ਇਹਦੇ ਨਾਲੋਂ ਵੀ ਵੱਡੀ ਕਿਰਪਾ ਕੀ ਆ ਵੀ ਗੁਰਬਾਣੀ ਦਾ ਅਰਥ ਸਮਝ ਆਉਣਾ, ਇਹ ਵੀ ਠੀਕ ਹੈ, ਪਰ ਇਸ ਤੋਂ ਵੀ ਵੱਡੀ ਕਿਰਪਾ ਇਹ ਹੁੰਦੀ ਹੈ ਵੀ ਇਹ ਜਿਹੜੀ ਤੋਕ ਆ, ਇਹ ਬਾਣੀ ਆ, ਇਹ ਮੈਨੂੰ ਸਮਝਾਉਂਦੀ ਪਈ ਹੈ, ਮੈਨੂੰ ਕਹਿੰਦੀ ਪਈ ਆ, ਮੈਨੂੰ ਦੱਸਦੀ ਪਈ ਆ, ਇਹ ਤਾਂ ਮੇਰੇ ਵਾਸਤੇ ਹੈ। ਹੁਣ ਕਿੰਨਾ ਫਰਕ ਹੋ ਗਿਆ ਕਜਾਕ ਵੀ ਗੁਰਬਾਣੀ ਦੀ ਪੰਕਤੀ ਦਾ ਆਹ ਅਰਥ ਬਣਦਾ ਵਾ, ਤੇ ਕਜਾ ਵੀ ਇਹ ਗੁਰਬਾਣੀ ਦੀ ਪੰਕਤੀ ਮੇਰੇ ਵਾਸਤੇ ਮਹਾਰਾਜ ਨੇ ਕਹੀ ਹੈ, ਮੇਰਾ ਮਨ ਮਹਾਰਾਜ ਪੜ੍ਹਦੇ ਪਏ। ਇਹ ਹੋਰ ਵੀ ਵੱਡੇ ਭਾਗਾਂ ਦੀ ਨਿਸ਼ਾਨੀ ਹੈ। ਤਾਂ ਇਹ ਜਿਹੜੀ ਬਾਣੀ ਹੈ ਇਹ ਕਲਗੀਧਰ ਮਹਾਰਾਜ ਦੀ ਬਾਣੀ, ਤੇ ਸਾਡੇ ਜਿਹੜੇ ਸਿੱਖ ਵਿਦਵਾਨ ਨੇ ਜਾਂ ਧਾਰਮਿਕ ਵਿਦਵਾਨ ਨੇ, ਉਹ ਧਾਰਮਿਕ ਜਿਹੜੇ ਕਵਿਤਾ ਹੁੰਦੀ ਉਹਨੂੰ ਰਹਿਸਵਾਦ ਕਹਿੰਦੇ ਆ, ਕਿਉਂ ਉਹਦੇ ਵਿੱਚ ਜਿਹੜੇ ਸ਼ਬਦ ਵਰਤੇ ਗਏ ਉਹ ਸਾਰੇ ਰਹਿਸ ਹੀ ਆ, ਉਹ ਪ੍ਰਤੱਖ ਤੇ ਪ੍ਰਤੀਤ ਹੁੰਦੇ ਨੇ, ਜਿਵੇਂ ਪਰਮਾਤਮਾ ਪ੍ਰਤੱਖ ਤੇ ਦੇਖਿਆ ਨਹੀਂ ਕਿਸੇ ਨੇ, ਮਨ ਆ, ਬੁੱਧ ਆ, ਚਿੱਤ ਆ, ਹੰਕਾਰ ਆ, ਇਹ ਪ੍ਰਤੱਖ ਨਹੀਂ ਚੀਜ਼ਾਂ ਦੇਖਦੀਆਂ, ਇਹਨਾਂ ਦਾ ਇੱਕ ਰਹਿਸ ਬਣਿਆ ਰਹਿੰਦਾ ਹੈ। ਇਸੇ ਕਰਕੇ ਧਾਰਮਿਕ ਕਵਿਤਾ ਨੂੰ ਰਹਿਸਵਾਦ ਕਿਹਾ ਜਾਂਦਾ ਹੈ, ਜਿਹਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਪਰਮਾਤਮਾ ਕਿਹਾ ਵਾ, ਰਾਮ ਕਿਹਾ ਵਾ, ਹਰੀ ਕਿਹਾ ਵਾ, ਵਾਹਿਗੁਰੂ ਕਿਹਾ ਵਾ, ਉਹਨੂੰ ਹੀ ਦਸਵੇਂ ਪਾਤਸ਼ਾਹ ਨੇ ਆਪਣੀ ਬਾਣੀ ਦੇ ਵਿੱਚ ਕਾਲ ਕਿਹਾ ਵਾ, ਮਹਾਂਕਾਲ ਕਿਹਾ ਵਾ, ਖੰਡਾ ਕਿਹਾ ਵਾ, ਸ੍ਰੀ ਸਾਹਿਬ ਕਿਹਾ ਵਾ, ਕਾਲੀ ਕਿਹਾ ਵਾ। ਤਾਂ ਕਲਗੀਧਰ ਜੀ ਦੀ ਬਾਣੀ ਵੀ ਰਹਿਸਵਾਦ। ਕਲਗੀਧਰ ਜੀ ਨੇ ਇੱਕ ਨਵੇਂ ਅਰਥ ਦਿੱਤੇ ਨੇ, ਅੱਗੇ ਤਾਂ ਇਹ ਨਾਂ ਸੁਣੇ ਸੀ ਵੀ ਪਰਮਾਤਮਾ ਵਾ, ਹਰੀ ਆ, ਕ੍ਰਿਸ਼ਨ ਆ, ਅੱਲਾ ਵਾ, ਖੁਦਾ ਵਾ, ਪਰ ਕਲਗੀਧਰ ਜੀ ਕਹਿੰਦੇ ਕਿ ਉਹ ਸ਼ਸਤਰ ਵੀ ਆ, ਉਹ ਸ਼ਕਤੀ ਵੀ ਆ, ਉਹ ਤਾਕਤ ਵੀ ਆ। ਤਾਂ ਸ੍ਰੀ ਸਾਹਿਬ ਨੂੰ ਪਰਮਾਤਮਾ ਦਾ ਨਾਮ ਦੇਣਾ, ਸ਼ਸਤਰਾਂ ਨੂੰ ਪਰਮਾਤਮਾ ਦਾ ਨਾਮ ਦੇਣਾ, ਕਾਲ ਮਹਾਂਕਾਲ ਆਦਿਕ ਨਾਮ ਵਰਤਣੇ, ਇਹ ਕਲਗੀਧਰ ਜੀ ਦੀ ਨਵੀਂ ਦੇਣ ਹੈ, ਕਿਉਂਕਿ ਉਹ ਵੀਰ ਰਸ ਭਰਨਾ ਚਾਹੁੰਦੇ ਸਨ। ਤਾਂ ਉਹਨਾਂ ਦੀ ਜਿਹੜੀ ਕਵਿਤਾ ਵਾ ਉਹ ਰਹਿਸਵਾਦ ਵਾਲੀ ਕਵਿਤਾ ਹੈ। ਵੈਸੇ ਤੇ ਜਿੰਨਾ ਵੀ ਧਾਰਮਿਕ ਸਾਹਿਤ ਹੁੰਦਾ, ਕਿਉਂ ਰਹਿਸ ਦੀ ਗੱਲ ਕਰਦਾ ਹੈ, ਸਾਰਾ ਹੀ ਰਹਿਸਵਾਦ ਹੀ ਹੁੰਦਾ ਹੈ। ਤਾਂ ਸਤਿਗੁਰੂ ਜੀ ਦੀ ਕਿਰਪਾ ਸਦਕਾ ਜਿਹੜੀ ਗੁਰਬਾਣੀ ਦੀ ਕਥਾ ਹੈ, ਸ੍ਰੀ ਜਾਪ ਸਾਹਿਬ ਦੀ ਕਥਾ, ਇਹਦੀਆਂ 78 ਪੌੜੀਆਂ ਹੋ ਚੁੱਕੀਆਂ ਨੇ। ਹੁਣ ਇਸ ਤੋਂ ਅੱਗੇ ਰੁਆਲ ਛੰਦ ਅੰਦਰ ਸੱਚੇ ਪਾਤਸ਼ਾਹ ਵਾਹਿਗੁਰੂ ਪਰਮੇਸ਼ਰ ਦੀ ਸਿਫਤ ਕਰਦੇ ਨੇ, ਉਸਤਤ ਕਰਦੇ ਨੇ। ਆਓ ਬੜੇ ਪ੍ਰੇਮ ਦੇ ਨਾਲ ਸੁਣਨ ਦਾ ਯਤਨ ਕਰੀਏ। ਗਰੀਬਨ ਆਵਾਜ਼ ਫਰਮਾਉਂਦੇ ਹਨ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰੁਵਾਲ ਛੰਦ ਤੋ ਪ੍ਰਸਾਦ ਆਦ ਰੂਪ ਅਨਾਦ ਮੂਰਤ ਅਜੋਨ ਪੁਰਖ ਅਪਾਰ ਹੇ ਵਾਹਿਗੁਰੂ ਸੱਚੇ ਪਾਤਸ਼ਾਹ ਤੇਰੀ ਸਿਫਤ ਤੇਰੀ ਕਿਰਪਾ ਨਾਲ ਹੀ ਹੋ ਸਕਦੀ ਹੈ ਇਸ ਕਰਕੇ ਤੋ ਪ੍ਰਸਾਦ ਹੁਣ ਆਪ ਜੀ ਦੀ ਸਿਫਤ ਆਪ ਜੀ ਦੀ ਉਸਤਤ ਤੁਹਾਡੀ ਕਿਰਪਾ ਦੇ ਨਾਲ ਰੁਵਾਲ ਛੰਦ ਅੰਦਰ ਮਹਾਰਾਜ ਕਹਿੰਦੇ ਮੈਂ ਕਰਨ ਲੱਗਾ ਆਦ ਰੂਪ ਅਨਾਦ ਮੂਰਤ ਆਦ ਕਹਿੰਦੇ ਮੁੱਢ ਨੂੰ ਵਾਹਿਗੁਰੂ ਜੀ ਕਿੱਦਾਂ ਦਾ ਸਰੂਪ ਹੈ ਕਿੱਦਾਂ ਦਾ ਰੂਪ ਹੈ ਸਭ ਦਾ ਮੁੱਢ ਹੈ ਜਿਵੇਂ ਬੀਜ ਜਿਹੜਾ ਹੈ ਉਹ ਦਰਖਤ ਦਾ ਮੁੱਢ ਹੈ ਹੁਣ ਜੇ ਬੀਜ ਨੂੰ ਆਪਾਂ ਹੱਥ 'ਚ ਲਈਏ ਤੇ ਕੋਈ ਮੰਨ ਸਕਦਾ ਵੀ ਇਹਦੇ ਵਿੱਚ ਉਹ ਏਡਾ ਵੱਡਾ ਦਰਖਤ ਉੱਗੇਗਾ ਤਾਂ ਇਹ ਗੱਲ ਨਾ ਦਿਖਣ 'ਚ ਆਉਂਦੀ ਆ ਨਾ ਮੰਨਣ 'ਚ ਆਉਂਦੀ ਆ ਜਦੋਂ ਬੀਜ ਨੂੰ ਅਸੀਂ ਲੈਂਦੇ ਹੱਥ 'ਚ ਪਰ ਉਸ ਬੀਜ ਦੇ ਵਿੱਚ ਸੂਖਮ ਰੂਪ ਦੇ ਵਿੱਚ ਸਾਰਾ ਦਰਖਤ ਸਮਾਇਆ ਪਿਆ ਜਦੋਂ ਉਹਨੂੰ ਧਰਤੀ ਦੀ ਕੁੱਖ ਪ੍ਰਾਪਤ ਹੁੰਦੀ ਹੈ ਅਨੁਕੂਲ ਵਾਤਾਵਰਨ ਪ੍ਰਾਪਤ ਹੁੰਦਾ ਹੈ ਤਾਂ ਉਹਦੇ ਵਿੱਚੋਂ ਫਿਰ ਦਰਖਤ ਪੈਦਾ ਹੁੰਦਾ ਤਾਂ ਬੀਜ ਕੀ ਆ ਮੁੱਢ ਤਾਂ ਸੰਸਾਰ ਦਾ ਮੁੱਢ ਕੌਣ ਹੈ ਇਹ ਜੋ ਵੀ ਦਿਖਦਾ ਪਸਾਰਾ ਹੈ ਇਹਦੀਆਂ ਜੜ੍ਹਾਂ ਕੌਣ ਬੀਜ ਰੂਪ ਕੌਣ ਹੈ ਕਿੱਥੋਂ ਪੈਦਾ ਹੋਇਆ ਤਾਂ ਆਦ ਰੂਪ ਕੌਣ ਹੈ ਵਾਹਿਗੁਰੂ ਪਰਮੇਸ਼ਰ ਆਪ ਜੀ ਹੈਰਾਨ ਹੋਵੋਗੇ ਇੱਕ ਮਹਾਂਪੁਰਸ਼ ਹੋਏ ਨੇ ਉਹਨਾਂ ਦਾ ਬੜਾ ਸੋਹਣਾ ਇਤਿਹਾਸ ਧਾਰਮਿਕ ਗ੍ਰੰਥਾਂ ਦੇ ਅੰਦਰ ਲਿਖਿਆ ਹੈ ਉਹਨਾਂ ਦਾ ਨਾਮ ਆਉਂਦਾ ਹੈ ਜੜ ਭਰਤ ਕਹਿੰਦੇ ਭਰਥਰੀ ਹਰੀ ਜੀ ਦਾ ਪਿਛਲਾ ਜਨਮ ਇਸ ਤਰ੍ਹਾਂ ਵੀ ਕਹਿ ਦਿੰਦੇ ਕਿ ਜੜ ਭਰਥ ਦੇ ਰੂਪ ਦੇ ਵਿੱਚ ਚਲੋ ਇਹ ਤਾਂ ਆਪੋ ਆਪਣੀ ਵਿਚਾਰ ਹੈ ਤਾਂ ਵਾਹਿਗੁਰੂ ਜਾਣਦਾ ਵੀ ਪਿਛਲੇ ਜਨਮ 'ਚ ਕੌਣ ਕੀ ਸੀ ਇਹ ਤਾਂ ਵਾਹਿਗੁਰੂ ਨੂੰ ਪਤਾ ਹੈ ਤਾਂ ਉਹਨਾਂ ਪਿਛਲੇ ਜਨਮ ਦੇ ਵਿੱਚ ਵੀ ਬੜੀ ਭਗਤੀ ਕੀਤੀ ਬੰਦਗੀ ਕੀਤੀ ਸੀ ਪਰ ਉਹਨਾਂ ਦਾ ਪ੍ਰੇਮ ਮੋਹ ਜਿਹੜਾ ਸੀ ਇੱਕ ਹਿਰਣੀ ਦੇ ਬੱਚੇ ਦੇ ਨਾਲ ਪੈ ਗਿਆ ਜੰਗਲ ਦੇ ਵਿੱਚ ਜਦੋਂ ਤਪ ਕਰਦੇ ਸੀ ਬੰਦਗੀ ਕਰਦੇ ਸੀ ਹੁਣ ਜਿਹੜਾ ਮੋਹ ਹੈ ਉਹ ਭਾਵੇਂ ਬੰਦੇ 'ਚ ਪੈ ਜੇ ਪਸ਼ੂ 'ਚ ਪੈ ਜੇ ਪੰਛੀ 'ਚ ਪੈ ਜੇ ਧਰਤੀ 'ਚ ਪੈ ਜੇ ਇਹ ਮੁਕਤ ਨਹੀਂ ਹੋਣ ਦਿੰਦਾ ਇਸੇ ਕਰਕੇ ਮਹਾਰਾਜ ਨੇ ਇੱਕ ਸ਼ਬਦ ਵੀ ਉਚਾਰਨ ਕੀਤਾ ਹੈ ਉਹਦੇ ਵਿੱਚ ਸਾਰੇ ਵਿਸ਼ੇ ਗਿਣੇ ਨੇ ਵੀ ਜੇ ਮਕਾਨ ਦੇ ਵਿੱਚ ਮੋਹ ਰਹਿ ਜੇ ਤਾਂ ਵੀ ਮੁਕਤ ਨਹੀਂ ਹੁੰਦਾ ਜੇ ਪੈਸੇ 'ਚ ਮੋਹ ਰਹਿ ਜੇ ਤਾਂ ਵੀ ਮੁਕਤ ਨਹੀਂ ਹੁੰਦਾ ਜੇ ਬੱਚਿਆਂ 'ਚ ਮੋਹ ਰਹਿ ਜੇ ਤਾਂ ਇੱਦਾਂ ਦੀ ਜੂਨੀ ਪ੍ਰਾਪਤ ਹੁੰਦੀ ਹੈ ਤਾਂ ਉਸ ਮੋਹ ਕਰਕੇ ਉਹਨਾਂ ਦਾ ਮੁਕਤੀ ਉਹਨਾਂ ਨੂੰ ਨਾ ਮਿਲੀ ਅਤੇ ਦੁਬਾਰਾ ਜਨਮ ਪ੍ਰਾਪਤ ਹੋਇਆ ਪਰ ਗਿਆਨ ਬਣਿਆ ਰਿਹਾ ਉਹ ਜੜ ਵੱਤ ਪੱਥਰ ਵੱਤ ਫਿਰ ਉਹਨਾਂ ਜਿੱਥੇ ਬੈਠੇ ਬੈਠੇ ਰਹਿਣਾ ਜਿੱਥੇ ਖਲੋਤੇ ਖਲੋਤੇ ਰਹਿਣਾ ਨਾ ਕਿਸੇ ਨਾਲ ਬਹੁਤਾ ਬੋਲਣਾ ਗੱਲ ਕਰਨੀ ਜੰਗਲ ਦੇ ਵਿੱਚ ਵਿਚਰਦੇ ਰਹਿਣਾ ਉਹ ਨਾ ਪੈ ਗਿਆ ਉਹਨਾਂ ਦਾ ਜੜ ਪਰਥ ਇੱਕ ਰਾਜਾ ਸੀ ਉਹ ਆਪਣਾ ਮਨ ਸ਼ਾਂਤ ਕਰਨਾ ਚਾਹੁੰਦਾ ਸੀ ਵੀ ਮੈਨੂੰ ਬ੍ਰਹਮ ਗਿਆਨ ਦੀ ਪ੍ਰਾਪਤੀ ਹੋਵੇ ਕਿਉਂਕਿ ਪੂਰਨ ਸ਼ਾਂਤੀ ਬ੍ਰਹਮ ਗਿਆਨ ਤੋਂ ਬਿਨਾਂ ਕਿਸੇ ਨੂੰ ਪ੍ਰਾਪਤ ਨਹੀਂ ਹੁੰਦੀ ਅਤੇ ਬ੍ਰਹਮ ਗਿਆਨ ਕਹਿੰਦੇ ਜਿੱਥੇ ਦੂਜਾ ਨਾ ਰਹੇ ਇੱਕ ਹੀ ਰਹਿ ਜੇ ਬਸ ਜਿਹਨੂੰ ਮਹਾਰਾਜ ਜੀ ਲਿਖਦੇ ਨੇ ਵੀ ਦਵੈਤ ਏਕ ਰੂਪ ਹੋਇਆ ਗਿਆ ਤਾਂ ਸੱਚੇ ਪਾਤਸ਼ਾਹ ਦੀ ਕਿਰਪਾ ਸਦਕਾ ਜੜ ਭਰਤ ਬ੍ਰਹਮ ਗਿਆਨੀ ਸਨ ਰਾਜੇ ਨੂੰ ਪਤਾ ਲੱਗਾ ਵੀ ਇੱਕ ਮਹਾਤਮਾ ਇੱਦਾਂ ਦੇ ਨੇ ਵੀ ਜਿਹੜੇ ਬ੍ਰਹਮ ਗਿਆਨੀ ਉਹ ਇਹ ਕਿਰਪਾ ਕਰ ਸਕਦੇ ਆ ਨਹੀਂ ਤੇ ਵੇਖ ਲਓ ਬਾਦਸ਼ਾਹ ਸੀ ਤੇ ਬਾਦਸ਼ਾਹ ਨੂੰ ਕਿਸੇ ਪਦਾਰਥ ਦੀ ਕਮੀ ਇੰਦਰੀਆਂ ਦੇ ਰਸ ਦੀ ਕਮੀ ਨਹੀਂ ਜਵਾਨ ਹੀ ਹਲਾਉਣੀ ਆ ਸਾਰੇ ਵਿਸ਼ਿਆਂ ਦੇ ਰਸ ਹਾਜ਼ਰ ਆ ਪਰ ਫਿਰ ਵੀ ਉਹਦੇ ਮਨ ਨੂੰ ਸ਼ਾਂਤੀ ਨਹੀਂ ਆਈ
क्यों महाराज कहिंदे बिखिया मैं किन्ही तृप्त ना पाई ज्यों पावक इंदन नहीं त्रापै बिन हर कहां गाई तां उहदी पालकी तुरी जांदी है। चार जाणियां ने पालकी नूं चुकिया, एक जाणा बीमार हो गया तां राजे दे नौकर एक बंदा लभण वास्ते आसे पासे देखण लगे। उन्हां देखिया कि भी एक बड़ा जवान साधु चौंकड़ा मार के बैठा, उन्हां नूं नहीं पता भी ये जड़ परत है। ते उन्हूं उन्हां ने पालकी दे विच ला लिया, पालकी चुक चलो साखी ते बड़ी लंबी है तां उह अपनी मौज दे विच जड़ परत जी हौली हौली चलण। राजे ने होर भी बड़ा संवाद होया, चलो मुकदी गल इत्थे भी। राजे ने आख्या महाराज भी तुसीं थक गए हो गए भी पालकी चुकनी फिर, तां उह कहण लगे जी भी जड़ परत कहण लगा भी थकना किन्ने है। कहिंदे जी तुसीं पालकी चुकी। कहिंदे मैं कदों चुकी आ, मैं ते कुछ भी नहीं चुकदा, पालकी मेरे मोढ़े ते आ, मोढ़े दा भार गोडिया ते आ, गोडिया दा भार पैरां ते आ, पैरां दा भार धरती ते आ, धरती दा भार वाहिगुरु दे हुकम ते आ। ते किन्ने चुकनी ते किन्ने थकना। ਉਹਦੀਆਂ ਅੱਖਾਂ ਖੁੱਲ੍ਹ ਗਈਆਂ ਵੀ ਇਹ ਤਾਂ ਉਹ ਜਿਹੜਾ ਮਹਾਤਮਾ ਮੈਂ ਲੱਭਦਾ ਫਿਰਦਾ ਇਹ ਤਾਂ ਉਹ ਆ ਜੜ ਪਰਥ ਜੀ ਨੇ ਪਤਾ ਲੱਗਾ ਉਹਨੂੰ। ਤਾਂ ਉਹ ਬੜਾ ਸੋਹਣਾ ਲਿਖਦੇ ਆ ਵੀ ਜਦੋਂ ਅਸੀਂ ਗਾਂ ਤੋਂ ਗਾਂ ਲੱਭਾਂਗੇ ਵੀ ਇਹ ਸੰਸਾਰ ਪੰਜਾਂ ਤੱਤਾਂ ਤੋਂ ਬਣਿਆ ਤੇ ਪੰਜ ਤੱਤ ਕਿੰਨੇ ਬਣਾਏ माया तो माया च शक्ति कितों आई वाहिगुरु तो अखीर सब का बीज रूप जिहड़ा वो वाहिगुरु सिद्ध हो उन्हूं के कहिंदे आद रूप मुढ़ रूप। सारे संसार का बीज की है जिथों संसार पैदा होया जो भी दिखता पसारा है वह आद रूप वाहिगुरु परमेश्वर। अनाद मूरत ਉਹਦਾ ਸਰੂਪ ਕਿੱਦਾਂ ਦਾ, ਮੂਰਤੀ ਕਹਿੰਦੇ ਸਰੂਪ ਨੂੰ, ਉਹ ਕਿੱਦਾਂ ਦੀ ਹਸਤੀ ਹੈ ਅਨ ਆਦ ਜਿਹਦੀ ਆਰੰਭਤਾ ਨਹੀਂ ਜਾਣੀ ਜਾ ਸਕਦੀ। ਇਹ ਨਹੀਂ ਪਤਾ ਲੱਗ ਸਕਦਾ ਵੀ ਪਰਮਾਤਮਾ ਕਦੋਂ ਤੋਂ ਹੈ। ਇਹ ਵੱਖਰੀ ਗੱਲ ਹੈ ਵੀ ਸੰਸਾਰ ਦਾ ਮੁੱਢ ਉਹ ਹੈ ਪਰ ਉਹਦਾ ਮੁੱਢ ਨਹੀਂ ਕੋਈ ਜਾਣ ਸਕਦਾ। पिता का जन्म कह जाने पूत, जिवें पिता दे जन्म नूं पुत की जान सकदा। तां अनादि वो उत्पत्ति रहता, वैसे माया नूं भी अनादि मन्निया, उत्पत्ति रहत मन्निया, माया की उत्पत्ति भी नहीं पता लगदी भी कदों तो आ। अज जिवें सवाल करदे हुंदे ना भी आंडा पहला कि कुकड़ी, वो कहिंदे सवाल ही नहीं बनता। जिवें किसी दे कपड़े नूं दाग लग जे तेल दा, वो ये थोड़ी सोचता भी ये क्यों लगा, किवें लगा, कदों तो लगा, उहदा काम आ उहनूं लाउणा धो के। ये ना सोचो भी दुनिया कदों तो बनी है, सिर्फ ये सोचो भी इस संसार तो मुक्त किदां होणा। ਤਾਂ ਇਹ ਮਹਾਰਾਜ ਜੀ ਵੀ ਲਿਖਦੇ ਆ ਵੀ ਇਹ ਤਾਂ ਵਾਹਿਗੁਰੂ ਜਾਣਦਾ ਹੈ। ਵੇਲ ਨਾ ਪਾਈਆ ਪੰਡਤੀ, ਪੰਡਤਾਂ ਨੂੰ ਵੀ ਇਸ ਗੱਲ ਦਾ ਨਹੀਂ ਪਤਾ। ਵਕਤ ਨਾ ਪਾਇਓ ਕਾਦੀਆ, ਕਾਜੀਆਂ ਨੂੰ ਵੀ ਨਹੀਂ ਪਤਾ ਵਕਤ ਕਿਹੜੇ ਵਕਤ ਤੋਂ ਸੰਸਾਰ ਬਣਿਆ। ਇਹ ਤਾਂ ਜਾ ਕਰਤਾ ਸ੍ਰਿਸ਼ਟੀ ਕੋ ਸਾਜੇ ਆਪੇ ਜਾਣੇ ਸੋਏ। ਤਾਂ ਸ੍ਰਿਸ਼ਟੀ ਵੀ ਮਾਇਆ ਵੀ ਅਨਾਦੀ ਆ, ਇਹ ਵੀ ਨਹੀਂ ਪਤਾ ਵੀ ਕਦੋਂ ਤੋਂ ਇਹ ਸੰਸਾਰ ਤੁਰਿਆ ਆਉਂਦਾ।
बस फर्क इन्ना वाहिगुरु का ते माया का फर्क इन्ना वा भी जदों ब्रह्म ज्ञान हुंदा वा माया शांत हो जाती है। इस करके माया अनादि ते है पर अंत वाली है, ब्रह्म ज्ञान तो बाद खत्म हो जाती है। वाहिगुरु जी का फर्क यह है भी अनादि भी आ ते अंत तो भी रहत है। आद सच है, जुगाद सच है भी सच है, नानक होशी भी सच है। ਤਾਂ ਕਈ ਕਹਿ ਦਿੰਦੇ ਆ ਨਾ ਜੀ ਇਹ ਕੁਦਰਤ, ਕੁਦਰਤ ਵੀ ਅਨਾਦੀ ਹੈ, ਵਾਹਿਗੁਰੂ ਵੀ ਅਨਾਦੀ, ਕਾਦਰ ਵੀ ਅਨਾਦੀ ਹੈ। ਫਰਕ ਕੀ, ਜਦੋਂ ਬ੍ਰਹਮ ਗਿਆਨ ਹੋ ਜਾਂਦਾ ਉਦੋਂ ਕੁਦਰਤ ਤੋਂ ਮਾਇਆ ਤੋਂ ਖਹਿੜਾ ਛੁੱਟ ਜਾਂਦਾ ਹੈ, ਮਾਇਆ ਦੀ ਪਕੜ ਤੋਂ ਰਹਿਤ ਹੋ ਜਾਂਦਾ ਹੈ। ਇਸ ਕਰਕੇ ਮਾਇਆ ਅੰਤ ਵਾਲੀ ਹੈ, ਸ਼ਾਂਤ ਹੋ ਜਾਂਦੀ ਹੈ। ਤਾਂ ਵਾਹਿਗੁਰੂ ਦਾ ਮੂਰਤੀ ਸਰੂਪ ਕਿੱਦਾਂ ਦਾ ਹੈ, ਉਤਪੱਤੀ ਜਨਮ ਤੋਂ ਰਹਿਤ, अजून पुरख अपार, अजून जूनिया तो रहत, पुरख हर जगह परिपूर्ण, हर थां ते बैठा है। ते अपार कहिंदे बेअंत, धार्मिक ग्रंथां ने परमात्मा नूं एक बहुत सोहना नां दिता जिहड़ा सब तो ज्यादा चलदा, उह की ब्रह्म। परमात्मा का नाम जिथे खुदा वा, अल्लाह वा, ईश्वर आ, हरि आ, कृष्ण आ, राम आ, उथे परमात्मा का एक नाम यह भी है ब्रह्म, जिहदा अर्थ है विस्थार वाला, हर थां ते आ, जिहड़ा फैलिया होया वा हर जगह ते, जिहनूं बेअंत कह दिंदे ने। तां ऐसा वाहिगुरु परमेश्वर है, सर्वमान त्रिमान देव अपेव आदि उदार। सर्वमान ओनू सारे ही मान मनदे ने, पूजदे ने, सब नू ओ मनना पैंदा है, सब नू ओ पूजना पैंदा है। वैसे ते सिख शब्द दा अर्थ जिहड़ा आपां करदे आ ना, ओ धार्मिक ग्रंथ नहीं करदे। असी सिख शब्द का अर्थ करते हैं सिखण वाला, पर सिख शब्द का अर्थ की होंदा, शिष्यस्ते अहम शादी माम तमाम परपन्नम। सिख शब्द का यह अर्थ नहीं होंदा भी मैं सिखण वाला, यह तो आप कर लैने। सिख शब्द का अर्थ होंदा जिहड़ा गुरु नूं हाथ जोड़ के कवे हुक्म करो मैं मनण नूं तैयार हां। हुण किन्ना फर्क पै गया दोवां अर्थां च, सिखण वाला ते मनण वाला। कई वारी फिर स्यापा की पैंदा वी जिहड़ा सिखण वाला उहनूं वहम हो जांदा मैं ज्यादा ही नहीं सिख गया, ते जदों फिर ये वहम पाल लैंदे आ ना वी मैं ही सब तो सियाणा वां, फिर वह कई वारी फिर मन च शंका आ जांदी वी शंका करन लग पैंदे वी गुरबाणी कानू पढ़नी आ, कादे वास्ते पढ़नी, सिमरन क्यों करना, कादे वास्ते करना। तां एक वहम पैदा हो जाता, एक हंकार पैदा हो जाता। दो शब्द आ ना, परपन्नम ते समर्पण, फर्क दोवां दा बहुता नहीं है। वैसे परपन्नम दा अर्थ भी शरण लैनी है ते समर्पण दा भी थोड़ा जिहा फर्क है। परपन्नम मैंने जिवें प्यो दी उंगल मैं फड़ी ते समर्पण मैंने प्यो मेरा हाथ फड़े, इन्ना क फर्क। हुण पहले अर्थ दे विच होमे रहिंदी है, मैं सिखदा, सिख शब्द जे आपां पहला अर्थ करिए सिखण वाला, तां इह च मैं सिखदा। जिवें दुनिया भाई साहिब भाई नंद लाल सिंह जी महाराज की कहिंदे वी दुनिया जिहड़ी है ये मेला है, ते मेलियां च की हुंदा वा, धूड़ धुप ते तके, तीन धद्दे चलदे ना मेलियां च। हुण ते चलो टाइम बदल गया, तां मेले विच धक्के पैंदे ने ते बच्चा अपने प्यो दी उंगल फड़ी उहने, हुण बच्चा ते कमजोर है, मेला वेखण दा सवाद उन्ना चिर आ जिन्ना चिर प्यो दी उंगल फड़ी, पर मेलियां दे धक्के जिहड़े आ उंगल छड़ा देणगे।
ਇਹਦੇ ਨਾਲ ਉਹ ਇਦਾਂ ਨਹੀਂ ਹੋ ਸਕਦਾ ਵੀ ਬਾਪੂ ਅੱਗੇ ਤਰਲਾ ਲਿਆ ਜਾਵੇ ਵੀ ਤੂੰ ਹੱਥ ਫੜ ਤੇ ਤੂੰ ਕੁੱਛੜ ਚੁੱਕ ਲਾ ਜਾਂ ਤੂੰ ਤੇ ਤਗੜਾ ਤੂੰ ਤੇ ਨਹੀਂ ਨਾ ਹੱਥ ਛੱਡੇਗਾ ਮੇਰੇ ਤੋਂ ਤੇ ਛੁੱਟ ਜਾਣਾ ਮੈਂ ਤਾਂ ਬੱਚਾ ਤਾਂ ਸਮਰਪਣ ਦੇ ਵੀ ਦੋ ਅਰਥ ਹੁੰਦੇ ਆ ਪਰਪੰਨਮ ਤੇ ਸਮਰਪਣ ਵੀ ਪਰਪੰਨਮ ਮੈਨੇ ਮੈਂ ਹੱਥ ਫੜਿਆ ਸਮਰਪਣ ਮੈਨੇ ਪਿਓ ਨੇ ਮੇਰਾ ਫੜਿਆ ਪਿਓ ਬਲੀ ਆ ਭਾਵ ਵੀ ਮੈਂ ਪਾਠ ਕਰਦਾ ਤਾਂ ਮੈਂ ਛੱਡ ਵੀ ਸਕਦਾ ਫਿਰ ਪਰ ਜੇ ਸੱਚੇ ਪਾਤਸ਼ਾਹ ਤੁਸੀਂ ਪਾਠ ਕਰਾਓਗੇ ਫਿਰ ਕਰ ਸਕਦਾ ਤੁਸੀਂ ਕਿਰਪਾ ਕਰਕੇ ਸੇਵਾ ਕਰਾਓਗੇ ਤੇ ਹੋ ਸਕਦੀ ਤਾਂ ਦੁਨੀਆ ਕੀ ਆ ਮੇਲਾ ਤੇ ਵੇਖਣ ਦਾ ਸਵਾਦ ਓਨਾ ਚਿਰ ਹੀ ਆ ਜਿੰਨਾ ਚਿਰ ਪਿਓ ਦਾ ਹੱਥ ਫੜਿਆ ਨਹੀਂ ਤੇ ਫਿਰ ਇਹੀ ਦੁਨੀਆ ਦੁੱਖਦਾਈ ਬਣ ਜਾਂਦੀ ਇਸੇ ਕਰਕੇ ਜਿੰਨਾ ਚਿਰ ਤੇ ਪਿਓ ਦਾ ਹੱਥ ਫੜਿਆ ਓਨਾ ਚਿਰ ਇਹ ਸੰਸਾਰ ਸੁਖਮਈ ਆ ਆਨੰਦਮਈ ਆ ਇਹੋ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ ਜਦੋਂ ਹੱਥ ਛੁੱਟ ਗਿਆ ਤੇ ਨਿਆਣਾ ਫਿਰ ਰੋਂਦਾ ਮੇਲੇ 'ਚ ਉਹ ਜਿਹੜਾ ਸਵਾਦ ਆਉਂਦਾ ਸੀ ਮੇਲੇ ਦਾ ਉਹ ਖਤਮ ਹੋ ਗਿਆ ਤੇ ਹੁਣ ਦੁਨੀਆ ਕੀ ਹੋ ਗਈ ਹੈ ਨਾਨਕ ਦੁਖੀਆ ਸਭ ਸੰਸਾਰ ਹੁਣ ਸੰਸਾਰ ਕੀ ਹੋ ਗਿਆ ਕੂੜ ਰਾਜਾ ਕੂੜ ਪ੍ਰਜਾ ਕੂੜ ਸਭ ਸੰਸਾਰ ਕੁਛ ਚੰਗਾ ਨਹੀਂ ਲੱਗਦਾ ਤਾਂ ਭਾਈ ਸਾਹਿਬ ਭਾਈ ਨੰਦ ਲਾਲ ਸਿੰਘ ਜੀ ਮਹਾਰਾਜ ਉਹ ਬੜਾ ਸੋਹਣਾ ਲਿਖਦੇ ਨੇ ਉਹ ਲਿਖਦੇ ਨੇ ਖੁਸ਼ ਬਵਦ ਉਮਰ ਕੇ ਦਰ ਯਾਦ ਬੇ ਗੁਜ਼ਰਤ ਉਹੀ ਉਮਰ ਚੰਗੀ ਆ ਜਿਹੜੀ ਤੇਰੀ ਯਾਦ ਵਿੱਚ ਗੁਜ਼ਰਦੀ ਹੈ ਤੇਰੇ ਹੱਥ ਫੜ ਕੇ ਤੇਰੀ ਉਂਗਲ ਫੜ ਕੇ ਦੁਨੀਆ ਦੇ ਮੇਲੇ 'ਚ ਗੁਜ਼ਰਦੀ ਵਰਨਾ ਚ ਹਸਲ ਅਸਤ ਅਜੀ ਗੁੰਮਦੇ ਕਬੂਤ ਮੁਰਾ ਵਰਨਾ ਚ ਹਸਲ ਅਸਤ ਅਜੀ ਗੁੰਮਦੇ ਕਬੂਤ ਮੁਰਾ ਜੇ ਤੇਰੀ ਬੰਦਗੀ ਰੂਪੀ ਉਂਗਲ ਛੁੱਟ ਗਈ ਨਾ ਫਿਰ ਮੈਂ ਨੀਲੇ ਅਸਮਾਨ ਤੋਂ ਕੀ ਲੈਣਾ ਫਿਰ ਮੈਂ ਇਸ ਗੁੰਮਜ ਤੋਂ ਕੀ ਲੈਣਾ ਇਸ ਨੀਲੇ ਅਸਮਾਨ ਚ ਆਣ ਕੇ ਕੀ ਕਰਨਾ ਹੈ ਦੁਨੀਆਂ ਚ ਆਣ ਕੇ ਕੀ ਕਰਨਾ ਤਾਂ ਮਹਾਰਾਜ ਜੀ ਫਰਮਾਉਂਦੇ ਵੀ ਆ ਵੀ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ ਬੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਯੋਗ ਖਿਨਮਹਿ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ ਤਾਂ ਸਿੱਖ ਸ਼ਬਦ ਦਾ ਅਰਥ ਕੀ ਹੁੰਦਾ ਹੈ ਸ਼ਿਸ਼ਯਸਤੇ ਅਹਮ ਮਾਮ ਸ਼ਾਦੀ ਪ੍ਰਪੰਨਮ ਕਿ ਮੈਂ ਆਪ ਜੀ ਦਾ ਹੁਕਮ ਮੰਨਣ ਨੂੰ ਤਿਆਰ ਹਾਂ ਹੁਕਮ ਕਰੋ ਜਿਹੜਾ ਚੱਲਣ ਨੂੰ ਤਿਆਰ ਹੋ ਜੇ ਹੁਕਮ ਤੇ ਉਹਨੂੰ ਸਿੱਖ ਕਿਹਾ ਜਾਂਦਾ ਹੈ ਤਾਂ ਮਹਾਰਾਜ ਜੀ ਕਲਗੀਧਰ ਜੀ ਕਹਿੰਦੇ ਆ ਵੀ ਸਰਬਮਾਨ ਸਾਰੇ ਹੀ ਜੀਵ ਉਸ ਵਾਹਿਗੁਰੂ ਨੂੰ ਮੰਨਦੇ ਤਿਰਮਾਨ ਦੇਵ ਤੇ ਹੋਰ ਤੇ ਹੋਰ ਜਿਹੜੇ ਤਿੰਨ ਦੇਵਤੇ ਆ ਪ੍ਰਮੁੱਖ ਤ੍ਰੀ ਤਿੰਨ ਉਹ ਦੇਵ ਜਿਹੜੇ ਆ ਕਿਹੜੇ ਆ ਬ੍ਰਹਮਾ ਜੀ ਵਿਸ਼ਨੂੰ ਜੀ ਭਗਵਾਨ ਸ਼ਿਵ ਜੀ ਇਹ ਵੀ ਉਸ ਬ੍ਰਹਮ ਨੂੰ ਵਾਹਿਗੁਰੂ ਜੀ ਨੂੰ ਮੰਨਦੇ ਆ ਹੋਰ ਤੇ ਗੱਲ ਛੱਡੋ ਵੈਸੇ ਤੇ ਸਾਡੇ ਇਤਿਹਾਸ ਅੰਦਰ ਹੋਰ ਵੀ ਬੜੇ ਸੁੰਦਰ ਬਚਨ ਆਉਂਦੇ ਆ ਜਦੋਂ ਕਲਗੀਧਰ ਮਹਾਰਾਜ ਸਿੱਖਾਂ ਦਾ ਯੁੱਧ ਹੋਇਆ ਤਾਂ ਪਹਿਲਾਂ ਸਿੱਖਾਂ ਦੀ ਜਿੱਤ ਹੋ ਗਈ ਜਿਹੜੀ ਮੁਗਲ ਫੌਜ ਸੀ ਤੁਰਕ ਫੌਜ ਸੀ ਉਹ ਅੱਗੇ ਲੱਗ ਕੇ ਭੱਜ ਪਈ ਪਰ ਬਾਅਦ ਦੇ ਵਿੱਚ ਵਾਹਿਗੁਰੂ ਜੀ ਦੀ ਕੋਈ ਐਸੀ ਰਜ਼ਾ ਰਮਜ਼ ਕਹਿ ਲਓ ਕੋਈ ਭਾਣਾ ਕਹਿ ਲਓ ਹੁਕਮ ਕਹਿ ਲਓ ਸਿੱਖਾਂ ਦੇ ਪੈਰ ਉਖੜ ਗਏ ਹੁਣ ਕਿੱਥੇ 1.25 ਲੱਖ ਫੌਜ ਕਿੱਥੇ 500 ਬੰਦਾ ਇਹੋ ਜੇ ਉਖੜੇ ਫਿਰ ਲੱਗੇ ਨਹੀਂ ਫਿਰ ਸਿੱਖ ਬੜੇ ਨਿਰਾਸ਼ ਉਦਾਸ ਨਿੰਮੋ ਝੋਣੇ ਹੋਏ ਤੇ ਕਲਗੀਧਰ ਜੀ ਨੂੰ ਬੇਨਤੀ ਕਰਦੇ ਵੀ ਮਹਾਰਾਜ ਵੀ ਪਹਿਲਾਂ ਸਾਡੀ ਜਿੱਤ ਕਰਾਤੀ ਫਿਰ ਸਾਡੇ ਪੈਰ ਉਖੜ ਗਏ
ਵੀ ਖਾਲਸਾ ਬੜਾ ਉਦਾਸ ਹੈ, ਸਿੱਖ ਆਪ ਜੀ ਦੇ ਬਹੁਤ ਉਦਾਸ ਨੇ। ਤਾਂ ਕਲਗੀਧਰ ਜੀ ਨੇ ਕੀ ਆਖਿਆ ਵੀ ਮੇਰੇ ਸਿੱਖੋ, ਇੱਥੇ ਸਭ ਕੁਝ ਹੁਕਮ ਚ ਹੈ। ਮਹਾਰਾਜ ਜੀ ਨੇ ਇੱਕ ਸ਼ਬਦ ਪੜਿਆ ਵੀ ਸਭ ਵਾਹਿਗੁਰੂ ਦੇ ਭਾਣੇ ਚ, ਜਿੱਤ ਵੀ ਉਹਦੇ ਹੁਕਮ ਚ ਹੈ ਤੇ ਹਾਰ ਵੀ ਉਹਦੇ ਹੁਕਮ ਚ। ਸਤਿਗੁਰੂ ਜੀ ਨੇ ਆਸਾ ਕੀ ਵਾਰ ਦਾ ਪਵਿੱਤਰ ਸ਼ਬਦ ਪੜਿਆ, ਭੈ ਵਿੱਚ ਪਵਣ ਵਹਿ ਸਦ ਵਾਓ, ਭੈ ਵਿੱਚ ਚੱਲੇ ਲੱਖ ਦਰਿਆਓ, ਭੈ ਵਿੱਚ ਅਗਨ ਕੱਢੇ ਵਿਗਾਰ, ਭੈ ਵਿੱਚ ਧਰਤੀ ਦੱਬੀ ਭਾਰ, ਭੈ ਵਿੱਚ ਇੰਦ ਫਿਰੇ ਸਿਰ ਭਾਰ, ਭੈ ਵਿੱਚ ਰਾਜਾ ਧਰਮ ਦੁਆ, ਭੈ ਵਿੱਚ ਸੂਰਜ ਭੈ ਵਿੱਚ ਚੰਦ ਕੋਹ ਕਰੋੜੀ ਚਲਤਨਾ, ਸਭ ਉਹਦੇ ਹੁਕਮ ਚ। ਤੇ ਬੜੇ ਸੁੰਦਰ ਬਚਨ ਸਾਡੇ ਇਤਿਹਾਸ ਨੇ ਲਿਖੇ ਨੇ, ਸੁਣ ਸਿੱਖੋ ਸੁਣੋ ਸੁਸ਼ਾਂਤ ਨਾ ਹਮ ਹੈ, ਜਿਮ ਅਲੰਬ ਸਭ ਤੁਮ ਹੋ, ਤਿਮ ਹਮ ਬਸ ਪਾਰ ਬ੍ਰਹਮ ਚਲੰਤੇ, ਈਸ਼ਵਰ ਕੀ ਆਇਸ ਵਰਤੰਤੇ। ਜਿਵੇਂ ਤੁਸੀਂ ਸਾਰੇ ਮੇਰੇ ਹੁਕਮ ਚ ਚੱਲਦੇ ਹੋ, ਮੈਂ ਵਾਹਿਗੁਰੂ ਦੇ ਹੁਕਮ ਚੱਲਦਾ। ਇਸ ਕਰਕੇ ਸਾਨੂੰ ਵੀ ਵਾਹਿਗੁਰੂ ਜੀ ਦਾ ਹੁਕਮ ਮੰਨਣਾ ਪੈਂਦਾ ਹੈ, ਉਹਦੇ ਭਾਣੇ ਚ ਚੱਲਣਾ ਪੈਂਦਾ ਹੈ। ਚਲੋ ਵੱਖਰੀ ਗੱਲ ਹੈ ਕਿ ਪਰਮਾਤਮਾ ਦੇ ਪਿਆਰੇ ਪ੍ਰੇਮ ਦੇ ਨਾਲ ਉਤੋਂ ਜੋ ਚਾਹੁਣ ਕਰਾ ਲੈਂਦੇ ਹਨ। ਤਾਂ ਸਿੱਖਾਂ ਨੇ ਬੇਨਤੀ ਕੀਤੀ, ਫਿਰ ਦੁਬਾਰਾ ਜਿਹੜੀ ਫੌਜ ਦਿੱਲੀ ਨੂੰ ਮੁੜੀ ਜਾਂਦੀ ਸੀ ਰਸਤੇ ਵਿੱਚ ਸਿੱਖਾਂ ਹਮਲਾ ਕਰਕੇ, ਫਿਰ ਆਪਣੀ ਉਦਾਸੀ ਦੂਰ ਕੀਤੀ, ਆਪਣੇ ਚਾਅ ਪੂਰੇ ਕੀਤੇ। ਤਾਂ ਕਹਿਣ ਤੋਂ ਭਾਵ ਕਲਗੀਧਰ ਜੀ ਕਹਿੰਦੇ ਮੈਂ ਵੀ ਰੱਬ ਦੇ ਹੁਕਮ ਚ, ਪਰਮੇਸ਼ਰ ਦੇ ਹੁਕਮ ਚ। ਤਾਂ ਮਹਾਰਾਜ ਜੀ ਕੀ ਕਹਿੰਦੇ, ਸਰਬ ਮਾਨ ਤ੍ਰਮਾਨ ਦੇਵ, ਜਿਹਨੂੰ ਸਾਰੇ ਹੀ ਮੰਨਦੇ ਆ ਪੂਜਦੇ ਆ, ਮੰਨਣਾ ਪੈਂਦਾ ਜਿਹਨੂੰ, ਤਿੰਨ ਵਿਸ਼ੇਸ਼ ਦੇਵ ਵੀ ਜਿਹਨੂੰ ਮੰਨਦੇ ਆ, ਉਹ ਕੌਣ ਹੈ? ਵਾਹਿਗੁਰੂ ਪਰਮੇਸ਼ਰ। ਕਿਸ ਤਰ੍ਹਾਂ ਦੇ ਨੇ? ਅਭੇਵ ਆਦ ਉਦਾਰ, ਉਹ ਜਿਹੜਾ ਆਦਿ ਪਰਮੇਸ਼ਰ ਹੈ, ਵਾਹਿਗੁਰੂ ਹੈ, ਉਹ ਬਹੁਤ ਜ਼ਿਆਦਾ ਉਦਾਰ ਹੈ। ਉਦਾਰ ਦਾ ਅਰਥ ਕਹਿੰਦੇ ਨੇ ਖੁੱਲੇ ਸੁਭਾਅ ਵਾਲਾ, ਵੱਡੇ ਦਿਲ ਵਾਲਾ, ਰਹਿਮ ਕਰਨ ਵਾਲਾ, ਕਿਰਪਾ ਦਾ ਘਰ ਹੈ, ਬੜਾ ਵੱਡਾ ਦਿਲ ਹੈ ਉਹਦਾ। ਤੇ ਆਦਿ ਤੋਂ ਹੀ ਉਹ ਅਭੇਵ ਗੰਭੀਰ ਸੁਭਾਅ ਵਾਲਾ ਹੈ, ਉਹਦਾ ਕੋਈ ਭੇਦ ਨਹੀਂ ਜਾਣ ਸਕਦਾ। ਆਦਿ ਸ਼ੁਰੂ ਤੋਂ ਹੀ, ਜਾਂ ਜਿਹੜਾ ਆਦਿ ਹੈ, ਸਭ ਦਾ ਮੁੱਢ ਰੂਪ ਪਰਮੇਸ਼ਰ ਹੈ, ਉਹ ਕਿੱਦਾਂ ਦਾ ਵਾ? ਉਹਨੂੰ ਸਰਬ ਮਾਨ ਸਾਰੇ ਮੰਨਦੇ ਨੇ, ਤ੍ਰਮਾਨ ਦੇਵ, ਜਾਂ ਸਾਰਿਆਂ ਨੂੰ ਮਾਣ ਦੇਣ ਵਾਲਾ ਹੈ। ਤਿੰਨਾਂ ਦੇਵਤਿਆਂ ਨੂੰ ਵੀ ਮਾਣ ਉਹਨੇ ਹੀ ਦਿੱਤਾ ਹੈ, ਸਤਿਕਾਰ ਉਹਨੇ ਹੀ ਦਿੱਤਾ ਹੈ, ਉਹਦੇ ਕਰਕੇ ਹੀ ਉਹਨਾਂ ਦੀ ਪੂਜਾ ਹੁੰਦੀ ਹੈ। ਵਾਹਿਗੁਰੂ ਜੀ ਦੀ ਬੰਦਗੀ ਕਰਨ ਕਰਕੇ, ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ ਸੰਸਾਰ, ਉਹਨਾਂ ਦੀ ਪੂਜਾ ਕਰਦਾ ਹੈ, ਸਤਿਕਾਰ ਕਰਦਾ ਹੈ। ਤਾਂ ਐਸਾ ਉਦਾਰ ਆਤਮਾ ਵਾਹਿਗੁਰੂ ਪਰਮੇਸ਼ਰ ਹੈ, ਜਿਹੜਾ ਸਭ ਦਾ ਆਦ ਰੂਪ ਹੈ, ਤੇ ਜਿਹਦਾ ਕੋਈ ਭੇਦ ਨਹੀਂ ਪਾ ਸਕਦਾ, ਭੇਦ ਤੋਂ ਰਹਿਤ ਹੈ। ਸਰਬ ਪਾਲਕ ਸਰਬ ਕਾਲਕ ਸਰਬ ਕੋ ਪੁਨ ਕਾਲ, ਉਹ ਵਾਹਿਗੁਰੂ ਪਰਮੇਸ਼ਰ ਉੱਤੇ ਸਿੱਖ ਕਿੱਦਾਂ ਦਾ ਭਰੋਸਾ ਰੱਖਦੇ ਨੇ ਕਿ ਉਹੀ ਸਾਰਿਆਂ ਨੂੰ ਪਾਲਕ ਪਾਲਣਾ ਵਾਲਾ, ਸਭ ਦੀ ਪਾਲਣਾ ਉਹਨੇ ਕਰਨੀ ਹੈ। ਸਰਬ ਕਾਲਕ, ਕਾਲਕ ਕਹਿੰਦੇ ਪੈਦਾ ਕਰਨ ਵਾਲੇ, ਕਾਲਣਾ ਜਿਹਨੇ ਇਸ ਸਰੀਰ ਚ ਜੀਵ ਆਤਮਾ ਪਾਈ ਆ, ਕਾਲੀ ਪੈਦਾ ਕਰਨ ਵਾਲਾ, ਤੇ ਅਖੀਰ ਸਰਬ ਕੋ ਪੁਨ ਕਾਲ, ਫਿਰ ਅਖੀਰ ਪੁਨ ਫਿਰ ਕਾਲ ਵੀ ਉਹੀ ਹੈ, ਪੈਦਾ ਕਰਨ ਵਾਲਾ ਵੀ ਉਹੀ ਹੈ, ਪਾਲਣ ਵਾਲਾ ਵੀ ਉਹੀ ਹੈ, ਤੇ ਲੈ ਕੇ ਜਾਣ ਵਾਲਾ ਵੀ ਉਹੀ ਹੈ।
जिन तुम भेजे तिन्हें बुलाए सुख सहज सेती घर। जां तुम घर आवो मेरे मीत, तुमरे दोखी हर आप निवारे अबदा भई बतीत। ये भरोसा किहदा वा? गुरु के सिख दा भी सब नूं पालण वाला वाहिगुरु परमेश्वर ही। गल ते भरोसे ते चलदी है। एक अपना भरा है, अपना सज्जन है, बड़े प्रेम वाला। आ पिछे जे उहदा फोन आया, कहिंदा कोई ना स्वाद दा बंदा नहीं लभदा, कोई इमानदार बंदा नहीं लभदा। भरोसे वाला बंदा नहीं लभदा, यकीन वाला बंदा नहीं लभदा। सब जबाना दे कच्चे ने। ते गुरबाणी कहिंदी है जिहड़ा अरदास करके जबान करके फिर जे वह कच्चा बंदा, वह भरोसे योग नहीं। ते जिहड़ा अपने वचन ते रवे उन्हों गुरबाणी कहिंदी ते सूरबीर है, महापुरश है। सूरबीर बचन के बली। ते दूसरे बन्ने सोई नर कच्चा, जिहड़ा बचन करके खिसके वही अरदास करके खिसके। तां कोई भरोसे वाला नहीं लभदा, कोई यकीन वाला नहीं लभदा। मैं आख्या काम की है? पी आर लैनी है ते पैसे भरन तैयार हाँ। जिवें कनेडा की पी आर लैनी होवे, अमेरिका की पी आर लैनी होवे, आस्ट्रेलिया की पी आर लैनी होवे, आस्ट्रेलिया की पी आर लैनी है ते पैसे भरन तैयार हाँ। पर यकीन नहीं आता भी जिन्हों दिते धोखा ही ना हो जाए, छाली ना हो जाए, कपटी ना हो जाए। तां मैं दास ने बेनती की भी बंदा तो एक है, बंदा पूरा भरोसे वाला है। 100% की 120% ते काम भी पूरा ठोक के करता है। जिहड़ी मर्जी पी आर ले ला, कोई पैसे नहीं लगते। बड़ा इमानदार बंदा है, उन्हें समझ ना आवे भी ये कहिंदा की पिया है। ते हार के मैनू पूछ ही लिया, कहिंदा केड़ा बंदा है? मैं धन गुरु रामदास। हस पिया गिड़गड़ा भी, अमृतसर च रहिंदे हो, गुरु रामदास साहिब तो वड्डा बंदा केड़ा आ गया? तां जे किते भरोसा बण जे ना, हुण वेखो किन्ने पैसे फूकी दे आ, किन्ना कुछ करते हैं। अरे यही भरोसा कि रब ते ले आईए भी वाहिगुरु ही सर्ब पालक, सब की पालना करने वाला। गल ते मुकदी भरोसे ते। हुण महाराज तो वध इमानदार बंदा कित्थों लभोगे? पर असी उन्हां दे यकीन करते हैं जिहड़े 100-100 झूठ मारदे आ, ते रब ते सानू यकीन नहीं। इस करके असीं खता खाने, धोखे च रहिंदे आ, नुकसान उठाने। कलगीधर जी दे जीवन दे विच बड़े सुंदर प्रसंग आउंदे आ। श्रीमान भाई संतोख सिंह जी लिखते ने कि मैनू भरोसा है, बड़ा सोहना लिखते। जिस कलगीधर ने, जिस मेरे मालक ने, वाहिगुरु ने, दसां पातशाहियां ने मैनू इस दुनिया च सुख दिते है, मैनू भरोसा वा भी अगे परलोक विच भी मैनू सुख देवेगा। वो दो लाइना लिखते कमाल दी। वो लिखते ने, सब इच्छा पूर्ण करी हालत बिखै सुख दीन, हृदय भरोसा पलक मह करे कष्ट सब शीन।
जिस वाहिगुरु ने इस दुनिया दीयां मेरियां इच्छावां पूरियां कीतियां ने, मैनूं परिवार दिता है, घर दिता है, बार दिता है, सुख दिता है, मैनूं भरोसा वा वी उह वाहिगुरु पलत परलोक विच वी मेरी बांह फड़ेगा ते मेरे दुखां तो मैनूं छुड़ावेगा, हिसाब तो बचावेगा। इहनूं की कहिंदे भरोसा? हुण तुसीं हैरान होवोगे, गुरबाणी विच इक शब्द आउंदा ना, तेरे भरोसे प्यारे मैं लाड लड़ाया। विश्वास करना पैंदा रब उत्ते, मालक उत्ते, अदृष्ट शक्ति उत्ते। ते गुरबाणी कहिंदी जिन्हों विश्वास आ गया रब उत्थे हाजर हो गया। जिसके अंतर विश्वास प्रभ आया तत् ज्ञान तिस मन प्रगटा। ये जिहड़े संत लोग होंदे इन्हां दा ते आम बंदे दा फर्क की हुंदा है? भी साडा यकीन पूरा नहीं हुंदा रब ते, भावें असीं मत्था भी टेकदे आ, गुरद्वारे भी जांदे आ, पर पूरा नहीं असीं यकीन करदे। संत जिहड़े हुंदे ने इन्हां दा पूर्ण यकीन परमेशर ते हुंदा। इन्ना क फर्क हुंदा आम बंदे दा ते संत दा। जिवें भगत जी होए ना गरवाली वाले, वो कोई सज्जन सी, उन्हों शराब पीण दी आदत ते नालदियां ने भगत जी नूं कहता भी इहनूं डको रोको, जिहड़ी माझे दी भाषा है डकना रोकना। तां भगत जी ने कह दिता भाई शराब ना पिया कर। कहिंदा क्यों? ना पीऊंगा तो फिर की हो जाऊ, तो जे पी लेना वा तो फिर की हो गया? कहिंदे जे ना पीवेंगा तो महाराज कृपा करेगा। कहिंदा देखी आ किसे? देखण च ते आउंदी नहीं कदे। वह कहिंदे तू की चाहना वा? वह कहिंदा जे तुसीं कल नूं ढाई बजे तो पहला पहला मीह पवा दो तो मैं शराब पीनी छड्ड दूंगा। इसे करके कहिंदे आ ना वी एवें हारे हारी सारी नूं छेड़ना वी नहीं चाहीदा। नहीं तू छड्डनी ना छड्ड, दफा हो सानूं वी। तू उजड़, तेरा टब्बर उजड़े, साडी सेहत की असर। पर भगत जी परोपकारी सन, संत परोपकारी हुंदे ने ते परोपकार करदे हन। ਤਾਂ ਉਹ ਪਰਉਪਕਾਰੀ ਸਨ। ਉਹ ਕਹਿੰਦੇ ਵੀ ਠੀਕ ਹੈ। ਉਹ ਕਹਿੰਦਾ ਨਹੀਂ ਠੀਕ ਨਹੀਂ ਆ, ਜੇ ਚਲੋ ਸਾਖੀ ਤਾਂ ਥੋੜ੍ਹਾ ਬਹੁਤਾ ਫਰਕ ਹੋ ਸਕਦਾ ਵੀ ਜੇ ਇੰਨੇ ਵਜੇ ਤੋਂ ਮੀਂਹ ਨਾ ਪਿਆ ਨਾ ਢਾਈ ਵਜੇ ਤੇ ਦੋ ਗਲਾਸ ਲੈ ਕੇ ਆਊਂਗਾ। ਅੱਗੇ ਤਾਂ ਸਾਦਾ ਮੇਰੀ ਛਡਾਉਣ ਲੱਗਾ ਸੀ, ਹੁਣ ਭਾ ਕੇ ਤੈਨੂੰ ਵੀ ਪਿਆਊਂਗਾ। ਉਹ ਜਿਹੜੇ ਸੇਵਕ ਸੀ ਉਹ ਕਹਿੰਦੇ ਕਿੱਥੇ ਸਿਆਪਾ ਪਾ ਲਿਆ, यही तो गल आ ना, सानू यकीन नहीं है। इस करके असी अपनी सियाणप ते माण करदे। जे सियाणप कहिंदी आ इहो जे बेवकूफ नूं कवाउण दी की लोड़ पई, धोखा हो जांदा है। चलो टाइम आ गया, वो बोतल चुकी ते दो गलासियां फड़ी आवे, उहनूं पता सी वी मीं मूं की पैणा। कहिंदे पंज मिंट रह गए सी, सारे उठ के चले गए सी भी बुरी हो गई। जदों थोड़ा जा टाइम रह गया ना, पता नहीं किधरों बदली उठी ते किणमिण शुरू हुई ते सारे चेले खिसक के भज गए। ते भगत जी ने की आख्या सी गरवाली वाले महापुरशां ने? उन्हें आख्या भावे एक सकेंट भी रह जाता सानू यकीन आ साडी पिठ नहीं लगन दिंदा। तां भाई संतोख सिंह जी कहिंदे आ वी मैनू यकीन है वी जिस वाहिगुरु ने मैनू सब इच्छा पूर्ण करी, हलत विखे सुख दीन, रिदे भरोसा पलत मह करे कष्ट सब शीन। मेरे हिरदे च भरोसा ते बस यही फर्क है संत दा ते आम बंदे दा।
जा के हृदय विश्वास प्रभ आया तत् ज्ञान ते सम्मान प्रगटाया। बड़े प्रसंग लिखे ने इतिहास विच बे सर्व पालक सर्व कालक सर्व को पुन काल बे सब दी पालना करने वाला वही है। ठीक है देखदा नहीं है पर पिछे वही है। आप जी हैरान होवोगे भी जदों कलगी धर महाराज जी नाल फौज युद्ध करन आई तां सिखां दी गिणती किन्नी सी 500 दुश्मन दी किन्नी सी 1.25 लाख पहाड़ी राजे ते जिहड़ी फौज आई सैद बीग ते सैद खां दी कमान थले ते थोड़े दिन पहलां दी गल है भी महाराज नाराज होए भी जिहड़े मसंद आए मेरे सिखां नूं दुख बड़ा दिंदे है इस करके तुसी हुण सिखां तों ग्राही इकट्ठी नहीं करनी जिहड़ा आपे दे जे प्रेम ना दे जे। तां सियाणे सियाणे उधरों घेरा पै गया फौज आ गई चढ़ के सियाणे सियाणे सिख सोची पै गए भी जे माया ना आई ते जंग कितां लड़े जाणगे खर्चे कितों चलणगे लंगर कितों चलणगे माया तों बिना। हुण कलगीधर महाराज जी ते फिर परमेशर दे भरोसे नूं देण वाले आ उन्हां ने दुनिया नूं दिखाया भी वाहिगुरू तों भरोसा नहीं छड्डणा भावें इन्ना दुख भी आ जाए किन्ना देख लो चार साहिबजादे भी शहीद आनंदपुर साहब भी छड्डिया गया उजड़ गया सारा कुछ 5 किले फौज ने ढा दिते वह सिर्फ दसन आए आ दिखाउण आए आ संसार नूं नहीं तो वह तो आप परमेशर का सरगुण स्वरूप सी किहदी मजाल आ जिन्ना अगे अरदास करके असी आप दे दुख कटदे आ उन्हां नूं दुख आउणा इह तां दिखाउण आए सी भी जे मेरे सिख नूं इन्ना दुख भी आवे तां वी वाहिगुरू तों भरोसा ना छड्डे यही तो गल सोचने वाली है ना भी आप जिन्हों का शब्द पढ़ते ताती वाओ ना लगे पार ब्रह्म सरणाई भी तत्ती वा ना लगे उन्होंने तत्ती लोह ते कौन बिठा सकता ये किहदा शब्द है पंचम गुरदेव श्री गुरु अर्जन देव साहिब महाराज कोई बिठा सकता ना जिन्हों का शब्द पढ़िया तत्ती वा नहीं लगती उन्होंने किन्ने तत्ती लोह ते बहाने तो वह सिखा समझाउण की खातर के मेरे सिखो भी जे इन्ना दुख भी आवे तो वाहिगुरु अगे अरदास करो कि सिदक ना डोले भरोसा रखियो परमेश्वर इन्ना दुख आया ही नहीं किसी अजे तक हाँ कारोबार आ कभी फेल हो जाते कभी चल पे किसी का एक बच्चा डैथ होगी चार ये थोड़ी होगा भी सारा परिवार ही खत्म हो गया ता इन्ना दुख शरीर करके आउंदा ही नहीं किसी नूं जिन्ना महाराज नूं आया वो महाराज ने दिखाया आपदे शरीर ते चल के भी जे इन्ना भी आवे ते रब नूं मनना नहीं छड्डना हरेक संत ने ही दिखाया वो सानू समझ नहीं आउंदी वक्री गल है भावें वो हिंदू धर्म के महापुरश ने भगवान कृष्ण ने उन्हां दे भैण भरा जिहड़े पहलां उन्हां तों पैदा होए आ वेख लो उन्हां दे मामे कंस ने जमदिआं ही पत्थर दे नाल सिर मार मार के मारे किन्ना दुख मां प्यो नूं जेल च बंद करके रखे हालांकि सगी भैण अपने कंस की भैण सी मामा सी उन्हां दा इसे तरह हजरत ईसा साहब सूली ते चाढ़ता ता कोई भी संता संत सुकरात जी वर्गे आ जहर दे प्याले पीने पए शमस तबरेज वर्गियां दीआं पुठियां खल्लां ला दीआं पर उन्हां वाहिगुरु उत्ते भरोसा नहीं छड्डिआ ता कलगीधर जी दे जीवन दे विच वी इह प्रसंग आउंदा है। हुण मसंदा ने सिख डराते वी महाराज ने माया बंद करती आ ते मरना वा लड़ना किदां सिखां ने बेनती की कि सच्चे पातशाह भी इन्नी फौज आ गई असीं किदां लड़ांगे
ना साडे तो खजाना, ना साडे तो किले, ना साडे तो चंगे शस्त्र। महाराज कहिंदे तुसी लड़ना, लड़न वाला ते कोई होर आ, ओ पिछे आ। सर्ब पालक सर्ब कालक सर्ब को पुन काल, वो तो पिछे है। ता फिर महाराज नूं उन्हां ने आख्या, महाराज भी सानू तां इहदा भरोसा नहीं आउंदा, दिखाओ फिर सानू। फिर महाराज जी ने उत्थे कृपा कीती, दसवें पातशाह ने आख्या भी नेत्र बंद करो। जदों उन्हां ने नेत्र बंद कीते ते की देखिया, लाखो ही दल चढ़े निहारे, अनकरीत के आयुध धारे। लखां ही फरिश्ते जिहड़े ने, शहीद सिख जिहड़े ने, शहीदी फौजां जिहड़ियां ने, ਉਹ ਸ਼ਸਤਰ ਧਾਰ ਕੇ ਖਲੋਤੀਆਂ ਨੇ ਯੁੱਧ ਕਰਨ ਵਾਸਤੇ। ਤਾਂ ਹੈਰਾਨ ਹੋ ਗਏ ਵੇ, ਕੋਈ ਪੈਦਲ ਕੋਈ ਘੋੜ ਚੜਿਆ। ਤਾਂ ਫਿਰ ਸਿੱਖਾਂ ਨੂੰ ਭਰੋਸਾ ਆ ਗਿਆ ਵੀ ਅਸੀਂ ਐਵੇਂ ਭਰੋਸੇ ਭੁਲੇਖੇ ਚ ਆ, ਇਹ ਕਲਗੀਧਰ ਨੇ ਹੀ ਲੜਨਾ ਵਾ, ਕਲਗੀਧਰ ਨੇ ਹੀ ਜਿੱਤਣਾ ਵਾ, ਸਾਡਾ ਤੇ ਕੰਮ ਐਵੇਂ ਤਲਵਾਰਾਂ ਹਵਾ ਜੀ ਲਹਿਰਾਉਣੀਆਂ, ਲੜਨ ਵਾਲੇ ਕੋਈ ਹੋਰ, ਲੜਨਾ ਈਸ਼ਵਰ ਦੀ ਤਾਕਤ ਨੇ ਆ, ਵਾਹਿਗੁਰੂ ਦੀ ਬਰਕਤ ਨੇ। ਪਰ ਉਹ ਭਰੋਸਾ ਨਹੀਂ ਨਾ ਆਉਂਦਾ ਬਿਨਾਂ ਵੇਖੇ ਤੇ। ਤਾਂ ਫਿਰ ਮਹਾਰਾਜ ਨੇ ਦਿਖਾਇਆ ਫਿਰ ਸਾਰਾ ਕੁਝ ਉਹਨਾਂ। ਤਾਂ ਕਲਗੀਧਰ ਜੀ ਕਹਿੰਦੇ ਆ ਵੀ ਇਹ ਭਰੋਸਾ ਰੱਖ ਲੈਣਾ ਚਾਹੀਦਾ ਵਾ ਵੀ ਪਾਲਣ ਵਾਲਾ ਵੀ ਉਹ ਆ, ਸਰਬ ਪਾਲਕ ਸਰਬ ਘਾਲਕ। ਘਾਲਣ ਵਾਲਾ ਭਾਵ ਇਸ ਸਰੀਰ ਵਿੱਚ ਰੂਹ ਪਾਉਣ ਵਾਲਾ ਵੀ ਉਹੀ ਹੈ। ਸਰਬ ਕੋ ਪੁਨ ਕਾਲ, ਫਿਰ ਸਾਰਿਆਂ ਨੂੰ ਲੈ ਜਾਣ ਵਾਲਾ ਵੀ ਉਹੀ ਹੈ। ਸੰਸਾਰ ਦੇ ਵਿੱਚੋਂ ਮੌਤ ਆਉਂਦੀ ਹੈ ਤੇ ਬੰਦਾ ਤੁਰ ਪੈਂਦਾ ਹੈ। ਮੁਹੰਮਦ ਸਾਹਿਬ ਦੇ ਜੀਵਨ ਦੇ ਵਿੱਚ ਵੀ ਬੜਾ ਸੋਹਣਾ, ਚਲੋ ਪ੍ਰਸੰਗ ਵੱਧਦਾ ਜਾ ਰਿਹਾ ਹੈ, ਕਹਿਣ ਤੋਂ ਭਾਵ ਵੀ ਅੱਜ ਕੱਲ ਮੋਬਾਈਲਾਂ ਦੇ ਵਿੱਚ ਡੂ ਨੋਟ ਡਿਸਟਰਬ ਮੋਡ ਆ ਗਿਆ, ਸੋਚਿਆ ਗਿਆ ਉਹ ਜੇ ਦੱਬ ਦਈਏ ਵੀ ਡਿਸਟਰਬ ਨਾ ਕਰੋ, ਉਹ ਲਾ ਕੇ ਰੱਖਣਾ ਚਾਹੀਦਾ ਵਾ ਸਭ ਵਾਹਿਗੁਰੂ ਦੇ ਹੁਕਮ ਚ, ਜਾਂ ਫਲਾਈਟ ਮੋਡ ਰੱਬ ਦੇ ਆਸਰੇ ਤੇ। ਇਹ ਜਿਹੜੇ ਮਹਾਤਮਾ ਹੁੰਦੇ ਸੰਤ ਲੋਕ ਆ, ਇਹ ਫਲਾਈਟ ਮੋਡ ਤੇ ਚੱਲਦੇ ਆ, ਇਹ ਰੱਬ ਦੇ ਆਸਰੇ ਤੇ ਚੱਲਦੇ ਆ। ਮੁਹੰਮਦ ਸਾਹਿਬ ਦੇ ਜੀਵਨ ਦੇ ਵਿੱਚ ਤੇ ਬੜੀ ਸੁੰਦਰ ਗਾਥਾ ਆਉਂਦੀ ਆ ਵੀ ਹਜ਼ੂਰੇ ਸਰਵਰ ਆਲਮ ਜਿਹੜੇ ਮੁਹੰਮਦ ਸਾਹਿਬ ਸਨ, ਤਾਂ ਫਰਿਸ਼ਤਾ ਜਿਹੜਾ ਜਬਰੀਲ ਸੀ ਉਹਨੇ ਆਣ ਕੇ ਬੇਨਤੀ ਕੀਤੀ, ਮਹਾਰਾਜ ਮੌਤ ਦਾ ਦੇਵਤਾ ਮਲਕੁਲ ਆਇਆ ਹੈ ਖੁਦਾ ਦੇ ਹੁਕਮ ਨਾਲ, ਅੰਦਰ ਆਉਣ ਦੀ ਆਗਿਆ ਮੰਨਦਾ, ਹੁਕਮ ਮੰਗਦਾ ਹੈ ਵੀ ਅੰਦਰ ਆਵਾਂ, ਤੇ ਖੁਦਾ ਦਾ ਹੁਕਮ ਹੈ ਵੀ ਤੁਸੀਂ ਹੁਣ ਆ ਜਾਓ ਦਰਸ਼ਨ ਦਿਓ, ਤੇ ਜੇ ਤੁਹਾਡਾ ਹੁਕਮ ਹੋਵੇ ਤੇ ਤੁਹਾਡੀ ਰੂਹ ਨੂੰ ਕਬਜ਼ ਕਰਾਂ, ਸਰੀਰ ਚੋਂ ਕੱਢਾਂ ਤੇ ਖੁਦਾ ਪਾਸ ਲੈ ਕੇ ਚੱਲਾਂ, ਜੇ ਨਹੀਂ ਹੁਕਮ ਤੇ ਮੈਂ ਮੁੜ ਜਾਵਾਂ। ਹੁਣ ਨਾਮ ਜਪਣ ਵਾਲੇ ਮਹਾਂਪੁਰਸ਼ਾਂ ਦੀ ਵੇਖੋ ਤਾਕਤ, ਵੀ ਮੌਤ ਉਹਨਾਂ ਨੂੰ ਪੁੱਛ ਕੇ ਸਰੀਰ ਵਿੱਚੋਂ ਰੂਹ ਕੱਢਦੀ। ਤਾਂ ਉੱਥੇ ਇਸਲਾਮ ਧਰਮ ਦੀਆਂ ਪੁਸਤਕਾਂ ਚ ਆਉਂਦਾ ਵੀ ਜਿਹੜਾ ਮਲਕੁਲ ਮੌਤ ਆ, ਮੌਤ ਦਾ ਦੇਵਤਾ ਮਲਕੁਲ ਜਿਹੜਾ ਹੈ, ਇਹਨੇ ਕਦੀ ਕਿਸੇ ਨੂੰ ਨਹੀਂ ਪੁੱਛਿਆ ਲਿਜਾਣ ਲੱਗਿਆ, ਬਿਨ ਪੁੱਛਿਆ ਹੀ ਲੈ ਜਾ, ਇਹ ਨਹੀਂ ਪੁੱਛਦੇ ਕਦੀ ਵੀ ਕਿਸੇ ਨੂੰ, ਤੇ ਹਰੇਕ ਨੂੰ ਜਾਣਾ ਪੈਣਾ ਹੈ, ਰੂਹ ਨੂੰ ਕਬਜ਼ ਉਹਨੇ ਕਰਨਾ। ਤਾਂ ਮੁਹੰਮਦ ਸਾਹਿਬ ਨੂੰ ਉਹਨੇ ਜਬਰਾਇਲ ਨੇ ਆਖਿਆ, ਮਹਾਰਾਜ ਤੁਸੀਂ ਐਸੇ ਮਹਾਂਪੁਰਸ਼ ਹੋ ਵੀ ਖੁਦਾ ਦਾ ਮੌਤ ਨੂੰ ਵੀ ਹੁਕਮ ਆ ਵੀ ਉਹਨਾਂ ਦੀ ਆਗਿਆ ਚ ਜਾ, ਇੰਨਾ ਕੁ ਫਰਕ ਹੁੰਦਾ ਵਾ। ਸਰਬ ਕੋ ਪੁਨ ਕਾਲ, ਪੁਨ ਫੇਰ ਜਿਹੜਾ ਸਾਰਿਆਂ ਦਾ ਕਾਲ ਹੈ, ਨਾਮ ਜਪਣ ਵਾਲਿਆਂ ਦਾ ਇੰਨਾ ਕੁ ਫਰਕ ਹੈ ਵੀ ਮੌਤ ਵੀ ਉਹਨਾਂ ਦੇ ਆਗਿਆ ਦੇ ਵਿੱਚ ਆ ਜਾਂਦੀ ਹੈ, ਨਾਮ ਦੀ ਬਰਕਤ ਇਸ ਤਰ੍ਹਾਂ ਦੀ। ਪਰਿਓ ਕਾਲ ਸਭੇ ਜਾਗ ਉੱਪਰ, ਮਾਹੇ ਲਿਖੇ ਭ੍ਰਮ ਗਿਆਨੀ, ਕਹੋ ਕਬੀਰ ਜਨ ਭਏ ਖਾਲਸੇ, ਪ੍ਰੇਮ ਭਗਤ ਜਿਹ ਜਾਨੀ।
ਉਹ ਮੌਤ ਦੇ ਅਸਰ ਤੋਂ ਵੀ ਪਰੇ ਹੋ ਜਾਂਦੇ ਹਨ। ਜਤਰ ਤਤਰ ਬਿਰਾਜਹੀ ਅਵਧੂਤ ਰੂਪ ਰਸਾਲ। ਇਹ ਅਕਾਲ ਪੁਰਖ ਵਾਹਿਗੁਰੂ ਜੀ ਆਪ ਜੀ ਤਾਂ ਅਵਧੂਤ ਸ਼ੁੱਧ ਰੂਪ, ਅਵਧੂਤ ਦਾ ਅਰਥ ਕਰਦੇ ਨੇ ਵਿਦਵਾਨ ਲੋਕ ਵੀ ਅਵਧੂਤ ਕਿਹਨੂੰ ਕਹਿੰਦੇ ਆ, ਜਿਸ ਨੇ ਕੁਕਰਮ ਤੇ ਪਾਪ ਝਾੜ ਸੁੱਟੇ ਹੋਣ ਉਹਨੂੰ ਅਵਧੂਤ ਕਹਿੰਦੇ, ਪਵਿੱਤਰ ਪਵਿੱਤਰ ਰੂਪ ਸ਼ੁੱਧ ਰੂਪ ਜਿਹਨੂੰ ਖਾਲਸ ਕਹਿ ਦਿੰਦੇ, ਖਾਲਸਾ ਮੇਰੋ ਰੂਪ ਹੈ ਕਾਲ, ਜਿਹੜੇ ਸ਼ੁੱਧ ਨੇ ਹਿਰਦੇ। ਤਾਂ ਅਵਧੂਤ ਸ਼ੁੱਧ ਤੇ ਰਸਾਲ ਸੋਹਣੇ ਸਰੂਪ ਵਾਲੇ, ਤੇ ਜਤਰ ਤਤਰ ਜਿੱਥੇ ਕਿੱਥੇ ਬਿਰਾਜ ਹੀ ਆਪ ਹੀ ਬੈਠੇ ਹੋ, ਹਰ ਥਾਂ ਤੇ ਆਪ ਹੀ ਹਾਜ਼ਰ ਹੋ। ਨਾਮ ਠਾਮ ਨਾ ਜਾਤ ਜਾਕਰ ਰੂਪ ਰੰਗ ਨਾ ਰੇਖ। ਤਾਂ ਸਤਿਗੁਰੂ ਜੀ ਫਰਮਾਉਂਦੇ ਨੇ ਕਿ ਹੇ ਅਕਾਲ ਪੁਰਖ ਜੀ, ਤੇਰਾ ਵਿਆਪਕ ਸਰੂਪ ਐਸਾ ਹੈ ਕਿ ਨਾਮ ਠਾਮ ਨਾ ਜਾਤ ਜਾਕਰ, ਜਿਸ ਦਾ ਕੋਈ ਖਾਸ ਨਾਮ ਨਹੀਂ ਠਾਮ, ਕੋਈ ਖਾਸ ਜਗ੍ਹਾ ਨਹੀਂ ਵੀ ਇੱਥੇ ਹੀ ਬੈਠਾ ਹੈ, ਕੋਈ ਜਾਤ ਨਹੀਂ, ਕੋਈ ਰੂਪ ਨਹੀਂ, ਕੋਈ ਰੰਗ ਨਹੀਂ, ਕੋਈ ਰੇਖ ਨਹੀਂ। ਹੁਣ ਨਾਮ ਵਾਹਿਗੁਰੂ ਦੀ ਪ੍ਰਾਪਤੀ ਕਰਾਉਂਦਾ ਵਾ, ਨਾਮ ਜਪੀਏ ਤੇ ਉਹਦੀ ਪ੍ਰਾਪਤੀ ਹੁੰਦੀ ਹੈ। ਪਰ ਜੇ ਕੋਈ ਕਵੇ ਵੀ ਸਾਡੇ ਧਰਮ ਦਾ ਹੀ ਤੁਸੀਂ ਨਾਮ ਜਪੋ ਤੇ ਫੇਰ ਹੀ ਮਿਲਣਾ ਵਾ, ਦੂਸਰੇ ਧਰਮ ਦੇ ਨਾਲ ਈਰਖਾ ਕਰੇ ਨਫ਼ਰਤ ਕਰੇ, ਤਾਂ ਗੁਰਬਾਣੀ ਇਸ ਗੱਲ ਨੂੰ ਨਹੀਂ ਮੰਨਦੀ। ਗੁਰਬਾਣੀ ਨੇ ਤਾਂ ਸਪਸ਼ਟ ਲਿਖਿਆ ਹੈ, ਕੋਈ ਬੋਲੇ ਰਾਮ ਰਾਮ, ਕੋਈ ਖੁਦਾ ਹੈ। ਜਿਹੜਾ ਕਿਸੇ ਜਿਹੜਾ ਜਿਸ ਧਰਮ ਦੇ ਗੁਰੂ ਨੇ ਦਿੱਤਾ ਹੈ ਆਪਣੇ ਧਰਮ ਅਨੁਸਾਰ ਆਪਣੀ ਮਰਿਆਦਾ ਅਨੁਸਾਰ, ਪਰ ਕੋਈ ਇਹ ਦਾਅਵਾ ਨਹੀਂ ਕਰ ਸਕਦਾ ਵੀ ਇਸ ਨਾਮ ਦੇ ਨਾਲ ਹੀ ਉਹਨੇ ਮਿਲਣਾ। ਤਾਂ ਜਿਹੜਾ ਨਾਮ ਜਪਣਾ ਹੈ, ਨਾਮ ਜਪਣਾ ਹੋਰ ਚੀਜ਼ ਹੁੰਦਾ ਵਾ, ਨਾਮ ਤੇ ਬੋਲਣਾ ਹੋਰ ਚੀਜ਼ ਹੁੰਦਾ ਵਾ, ਨਾਮ ਤੇ ਕਿਤਾਬ ਲਿਖਣੀ ਹੋਰ ਚੀਜ਼ ਹੁੰਦੀ। ਪਰ ਨਾਮ ਜਪ ਕੇ ਪਰਮੇਸ਼ਰ ਨੂੰ ਪਾਉਣਾ ਇਹ ਫੀਲਿੰਗ ਜਿਹੜੀ ਇਹ ਹੋਰ ਹੁੰਦੀ। ਹੁਣ ਜਿਵੇਂ ਕੋਈ ਬੱਚੇ ਦੇ ਜਨਮ ਬਾਰੇ ਬੋਲੇ ਉਹ ਗੱਲ ਹੋਰ, ਬੱਚੇ ਦਾ ਜਨਮ ਕਿੱਦਾਂ ਹੁੰਦਾ ਵਾ ਕਿਤਾਬ ਲਿਖੇ ਉਹ ਗੱਲ ਹੋਰ ਆ। ਪਰ ਕਜਾ ਇੱਕ ਔਰਤ ਨੇ 9 ਮਹੀਨੇ ਢਿੱਡ ਚ ਰੱਖ ਕੇ ਜਨਮ ਦੇਣਾ ਉਹ ਫੀਲਿੰਗ ਹੀ ਹੋਰ, ਉਹ ਗੱਲ ਬਣਨੀ ਨਹੀਂ। ਤਾਂ ਨਾਮ ਤੇ ਬੋਲਣਾ ਹੋਰ ਆ, ਨਾਮ ਤੇ ਲੈਕਚਰ ਦੇਣਾ ਹੋਰ ਆ, ਪਰ ਨਾਮ ਜਪ ਕੇ ਪਰਮੇਸ਼ਰ ਦੀ ਪ੍ਰਾਪਤੀ ਕਰਨੀ ਇਹ ਬਿਲਕੁਲ ਹੀ ਹੋਰ, ਉਹ ਗੱਲ ਬਣਦੀ ਨਹੀਂ। ਅੱਜ ਕੱਲ ਜੋ ਕੰਮ ਚੱਲ ਰਿਹਾ ਉਹ ਇਹ ਚੱਲ ਰਿਹਾ ਵੀ ਨਾਮ ਤੇ ਬੋਲੋ, ਨਾਮ ਤੇ ਕਿਤਾਬਾਂ ਲਿਖੋ, ਰੱਬ ਤੇ ਬੋਲੋ, ਰੱਬ ਤੇ ਕਿਤਾਬਾਂ ਲਿਖੋ। ਪਰ ਜਿਹੜੀ ਪਰਮੇਸ਼ਰ ਦੀ ਪ੍ਰਾਪਤੀ ਹੈ ਉਹ ਹੋਰ। ਜਿਵੇਂ ਦੋ ਮਾਈਆਂ ਦਾ ਝਗੜਾ ਹੋ ਗਿਆ, ਉਹ ਰਾਜੇ ਕੋਲੇ ਗਈਆਂ, ਰਾਜਾ ਬੜਾ ਸਿਆਣਾ ਸੀ, ਇੱਕ ਦੇ ਬੱਚਾ ਨਹੀਂ ਸੀ ਹੁੰਦਾ, ਉਹਨੇ ਦੂਸਰੀ ਦਾ ਬੱਚਾ ਚੁੱਕ ਲਿਆ ਤੇ ਕਹਿੰਦੀ ਮੇਰਾ, ਜਿਹੜੀ ਅਸਲੀ ਸੀ ਉਹ ਵੀ ਕਵੇ ਮੇਰਾ ਵਾ, ਝਗੜਾ ਬਹੁਤ ਵੱਧ ਗਿਆ। ਬਾਦਸ਼ਾਹ ਬੜਾ ਸਿਆਣਾ ਸੀ, ਬੜੀ ਸਿਰ ਖਪਾਈ ਹੋਈ, ਪਰ ਫੈਸਲਾ ਕਿਸੇ ਬੰਨੇ ਲੱਗੇ ਹੀ ਨਾ, ਦੋਵੇਂ ਹੀ ਮਰਨ ਨੂੰ ਵੀ ਤਿਆਰ, ਬੱਚੇ ਬਦਲੇ ਹਾਰ ਕੇ। ਬਾਦਸ਼ਾਹ ਬੜੇ ਤਿੱਖੇ ਹੁੰਦੇ ਨੇ, ਸੂਖਸ਼ਮ ਬੁੱਧੀ ਦੇ ਮਾਲਕ ਹੁੰਦੇ ਨੇ, ਤੇ ਬਾਦਸ਼ਾਹ ਨੇ ਆਖਿਆ ਵੀ ਏਦਾਂ ਵਾ ਵੀ ਫੈਸਲਾ ਤੇ ਕੋਈ ਹੁੰਦਾ ਨੀ, ਫਿਰ ਏਦਾਂ ਕਰੋ ਵੀ ਬੱਚੇ ਨੂੰ ਨਾ ਵਿੱਚੋਂ ਚੀਰ ਦੋ, ਪਾੜ ਕੇ ਅੱਧਾ ਉਹਨੂੰ ਦੇ ਦੋ ਤੇ ਅੱਧਾ ਉਹਨੂੰ ਦੇ ਦੋ। ਇੱਕ ਮਾਈ ਬੋਲ ਉੱਠੀ ਤੇ ਬਾਦਸ਼ਾਹ ਨੇ ਆਖਿਆ ਵੀ ਜਿਹੜੀ ਝੂਠੀ ਹੋਈ ਉਹਨੂੰ ਮੈਂ ਕੋਹਲੂ ਦੇ ਵਿੱਚ ਦੀ ਪੀੜਨਾ, ਏਡੀ ਮਾੜੀ ਸਜ਼ਾ ਦਊਂਗਾ ਵੀ ਦੁਨੀਆ ਯਾਦ ਰੱਖੇਗਾ ਤੋ ਇਹੋ ਜਿਹੀ ਕੋਈ ਗਲਤੀ ਨਾ ਕਰੇ। ਹੁਣ ਕੋਹਲੂ ਦੇ ਵਿੱਚ ਤਿਲ ਤੇ ਪੀੜੇ ਗਏ ਨੇ, ਗੰਨੇ ਨਪੀੜੇ ਜਾਂਦੇ ਨੇ, ਰਸ ਕੱਢਿਆ ਜਾਂਦਾ, ਸਰੀਰ ਪੀੜ ਦੇਣਾ ਕੋਹਲੂ 'ਚ ਕਿੱਡੀ ਵੱਡੀ ਸਜ਼ਾ। ਤਾਂ ਇੱਕ ਮਾਈ ਨੇ ਆਖਿਆ ਵੀ ਤੁਸੀਂ ਮੈਂ ਝੂਠੀ ਹਾਂ ਤੇ ਕੋਹਲੂ ਦੇ ਵਿੱਚ ਆਪਣੇ ਆਪ ਨੂੰ ਨਪੀੜਨ ਵਾਸਤੇ ਤਿਆਰ, ਮੇਰੇ ਤੋਂ ਗਲਤੀ ਹੋ ਗਈ, ਮੈਨੂੰ ਮਾਫੀ ਦਿੱਤੀ ਜਾਵੇ। ਦੂਜੀ ਮਾਈ ਇਹ ਸੱਚੀ ਹੈ, ਬੱਚਾ ਇਹਦਾ ਹੈ ਤੇ ਮੇਰੇ ਤੋਂ ਬੜੀ ਵੱਡੀ ਗਲਤੀ ਹੋ ਗਈ। ਬਾਦਸ਼ਾਹ ਹੱਸ ਪਿਆ,
ਉਹ ਕਹਿੰਦਾ ਬੱਚਾ ਇਹਦਾ ਹੀ ਹੈ, ਇਹਨੂੰ ਦੇ ਦਿੱਤਾ ਜਾਵੇ ਤੇ ਦੂਜੀ ਨੂੰ ਕੋਲੂ ਚ ਪੀੜ ਦਿੱਤਾ ਜਾਵੇ। ਉਸ ਜਿਹੜੇ ਸੁਣਨ ਵਾਲੇ ਸੀ, ਵੇਖਣ ਵਾਲੇ ਸੀ, ਉਹ ਕਹਿੰਦੇ ਵੀ ਮੰਨਿਆ ਤੇ ਉਹਨੇ ਸੀ ਵੀ ਮੈਂ ਝੂਠੀ ਹਾਂ, ਤੇ ਜਿਹੜੀ ਝੂਠੀ ਸੀ ਉਹ ਤਾਂ ਕੁਝ ਬੋਲੀ ਨਹੀਂ, ਜਿਹੜੀ ਸੱਚੀ ਸੀ ਉਹਨੇ ਕਿਹਾ ਵੀ ਮੈਂ ਝੂਠੀ ਹਾਂ ਤੇ ਬੱਚੇ ਨੂੰ ਨਾ ਚੀਰਿਆ ਜਾਵੇ। ਤਾਂ ਰਾਜਾ ਕਹਿੰਦਾ ਫਿਰ ਇਹ ਮਾਂ ਸੀ ਨਾ ਉਹਦੀ, ਵੀ ਬੱਚਾ ਭਾਵੇਂ ਦੂਜੀ ਪਾਲ ਲੇ ਜਿਹਨੇ ਝੂਠ ਮਾਰ ਕੇ ਆਖਿਆ ਵੀ ਮੇਰਾ ਬੱਚਾ, ਪਰ ਇਹਨੇ ਆਪਦੇ ਬੱਚੇ ਨੂੰ ਅੱਖਾਂ ਸਾਹਮਣੇ ਚੀਰਦਿਆਂ ਥੋੜਾ ਦੇਖ ਲੈਣਾ ਸੀ, ਕਿਉਂ ਅਸਲੀ ਆ ਨਾ, ਇਹਨੇ ਢਿੱਡ ਚੋਂ ਜੰਮਿਆ। ਤਾਂ ਇਹ ਜਿਹੜੀ ਅਸਲੀਅਤ ਹੈ ਉਹਦੇ ਨਾਲੋਂ ਇੰਨਾ ਦੂਰ ਹੁੰਦਾ ਮਸਲਾ। ਨਾਮ ਬਾਰੇ ਬੋਲਣਾ ਹੋਰ ਚੀਜ਼ ਹੈ, ਨਾਮ ਬਾਰੇ ਕਿਤਾਬਾਂ ਲਿਖਣੀਆਂ, ਧਰਮ ਬਾਰੇ ਕਿਤਾਬਾਂ ਖੋਜਾਂ ਕਰਕੇ ਲਿਖਣੀਆਂ, ਇਹਦੇ 'ਚ ਵੀ ਬੜੀ ਜਾਣਕਾਰੀ ਹੁੰਦੀ ਹੈ, ਪਰ ਉਹ ਗੱਲ ਨਹੀਂ ਬਣਦੀ, ਉਹ ਫੀਲਿੰਗ ਨਹੀਂ ਬਣਦੀ ਜਿਹੜੀ ਪਰਮੇਸ਼ਰ ਨੂੰ ਹਿਰਦੇ ਵਿੱਚੋਂ ਪ੍ਰਾਪਤ ਕਰਕੇ ਬਣਦੀ। ਸਾਰਿਆਂ ਦਾ ਆਪੋ ਆਪਣਾ ਅਧਿਕਾਰ ਹੈ। ਤਾਂ ਇਸ ਤਰ੍ਹਾਂ ਮਹਾਰਾਜ ਜੀ ਬਾਣੀ ਵਿੱਚ ਵੀ ਲਿਖਦੇ ਵੀ ਕਾਲੀਯੁਗ ਕਾ ਧਰਮ ਕਹੋ ਤੁਮ ਭਾਈ ਕਿਵ ਛੁਟੇ ਹਮ ਛੁਟ ਕਾਕੀ, ਵੀ ਕਾਲੀਯੁਗ ਦਾ ਧਰਮ ਦੱਸੋ ਕੀ ਆ। ਤਾਂ ਕਾਲੀਯੁਗ ਦਾ ਧਰਮ ਕੀ ਆ? ਹਰ ਹਰ ਜਪ ਬੇੜੀ ਹਰ ਤੁਲਹਾ, ਹਰ ਜਪਿਓ ਤਰੇ ਤਰਕ। ਵਾਹਿਗੁਰੂ ਜੀ ਦਾ ਨਾਮ ਹੀ ਬੇੜੀ ਆ, ਵਾਹਿਗੁਰੂ ਜੀ ਦਾ ਨਾਮ ਹੀ ਤੁਲਹਾ ਹੈ, ਵਾਹਿਗੁਰੂ ਜੀ ਦਾ ਨਾਮ ਜਿਹੜੇ ਜਪਣਗੇ ਉਹ ਆਪ ਵੀ ਤਰਨਗੇ, ਹੋਰਾਂ ਨੂੰ ਵੀ ਤਾਰਨਗੇ। ਤਾਂ ਨਾਮ ਜਪਣ ਦੇ ਨਾਲ ਵਾਹਿਗੁਰੂ ਜੀ ਦੀ ਪ੍ਰਾਪਤੀ ਹੁੰਦੀ ਹੈ, ਪਰ ਇੱਥੇ ਮਹਾਰਾਜ ਕਹਿ ਦਿੰਦੇ ਆ ਵੀ ਨਾਮ ਠਾਮ ਨਾ ਜਾਤ ਜਾਕਰ। ਜਦੋਂ ਪਰਮਾਤਮਾ ਰੂਪ ਰੰਗ ਤੋਂ ਰਹਿਤਾ, ਰੇਖ ਤੋਂ ਰਹਿਤਾ, ਤਾਂ ਨਾਮ ਸਰੀਰ ਤਾਂ ਹੁੰਦਾ। ਇਹ ਜਿੰਨੇ ਨਾਮ ਨੇ ਜਿਹੜੇ ਸਰੀਰ ਧਾਰ ਕੇ ਵਾਹਿਗੁਰੂ ਜੀ ਨੇ ਕਰਮ ਕੀਤੇ ਆ, ਜਾਂ ਗੁਣਾਂ ਦਾ ਨਾਮ ਹੈ। ਪਰ ਜੇ ਕੋਈ ਕਵੇ ਵੀ ਇਹ ਖਾਸ ਨਾਮ ਦੇ ਨਾਲ ਹੀ ਉਹਦੀ ਪ੍ਰਾਪਤੀ ਹੈ, ਜਿਵੇਂ ਮੁਸਲਮਾਨ ਕਹਿਣ ਵੀ ਤੁਸੀਂ ਸਾਡਾ ਵਾਲਾ ਹੀ ਜਪੋ ਫਿਰ ਹੀ ਉਹ ਪ੍ਰਾਪਤ ਹੋਵੇਗਾ, ਹਿੰਦੂ ਕਹਿਣ ਨਹੀਂ ਜੀ ਰਾਮ ਰਾਮ ਕਿਆ ਹੀ ਪ੍ਰਾਪਤ ਹੋਊਗਾ, ਖੁਦਾ ਕਹਿਣ ਦੇ ਨਾਲ ਨਹੀਂ ਪ੍ਰਾਪਤ ਹੋਊਗਾ। ਤਾਂ ਇਸ ਤਰ੍ਹਾਂ ਕੋਈ ਉਸਦਾ ਖਾਸ ਨਾਮ ਨਹੀਂ, ਕੋਈ ਖਾਸ ਜਗ੍ਹਾ ਨਹੀਂ, ਤੇ ਰੂਪ ਰੰਗ ਤੋਂ ਵਾਹਿਗੁਰੂ ਪਰਮੇਸ਼ਰ ਜੀ ਰਹਿਤ ਹਨ। ਆਦ ਪੁਰਖ ਉਧਾਰ ਮੂਰਤ ਅਜੋਨ ਆਦ ਅਸੇਖ, ਉਹ ਜਿਹੜਾ ਵਾਹਿਗੁਰੂ ਪਰਮੇਸ਼ਰ ਹੈ ਉਹ ਸਭ ਦਾ ਆਦ ਰੂਪ ਹੈ, ਤੇ ਪੁਰਖ ਹਰ ਜਗ੍ਹਾ ਤੇ ਪਰਿਪੂਰਨ ਹੈ। ਉਧਾਰ ਮੂਰਤ ਔਰ ਉਹ ਵਾਹਿਗੁਰੂ ਪਰਮੇਸ਼ਰ ਜੀ ਉਦਾਰ ਸਰੂਪ ਵਾਲੇ ਨੇ, ਖੁੱਲੇ ਦਿਲ ਵਾਲੇ ਨੇ, ਤਰਸ ਵਾਲੇ ਨੇ, ਰਹਿਮਤ ਵਾਲੇ ਨੇ, ਕਿਰਪਾ ਵਾਲੇ ਨੇ, ਅਜੂਨ ਆਦ ਅਸ਼ੇਖ, ਤੇ ਜੂਨੀਆਂ ਤੋਂ ਆਦ ਤੋਂ ਉਹ ਰਹਿਤ ਹਨ, ਅਜਨਮਾ ਹਨ, ਜੂਨੀਆਂ ਦੇ ਵਿੱਚ ਨਹੀਂ ਆਉਂਦੇ। ਐਸਾ ਉਹ ਵਾਹਿਗੁਰੂ ਪਰਮੇਸ਼ਰ ਜੀ ਦਾ ਸਰੂਪ ਜਿਹੜਾ ਹੈ ਉਹ ਮੰਨਿਆ ਗਿਆ ਹੈ ਧਾਰਮਿਕ ਗ੍ਰੰਥਾਂ ਦੇ ਵਿੱਚ। ਅਸੇਖ ਕਹਿ ਦਿੰਦੇ ਸੰਪੂਰਨ। ਤਾਂ ਆਦਿ ਪੁਰਖ ਜਿਹੜਾ ਵਾਹਿਗੁਰੂ ਉਦਾਰ ਮੂਰਤੀ ਹੈ, ਦਿਆਲੂ ਕਿਰਪਾਲੂ ਹੈ, ਉਹ ਅਸੇਖ ਸੰਪੂਰਨ ਜੂਨੀਆਂ ਆਦਿਕਾਂ ਤੋਂ ਰਹਿਤ ਹਨ। ਦੇਸ ਔਰ ਨਾ ਭੇਸ ਜਾਕਰ ਰੂਪ ਰੇਖ ਨਾ ਰਾਗ, ਇਹ ਅਕਾਲ ਪੁਰਖ ਜੀ ਤੇਰਾ ਸਰੂਪ ਇਸ ਤਰ੍ਹਾਂ ਦਾ ਹੈ, ਜਾਕਰ ਜਿਸ ਦਾ ਕੋਈ ਵੀ ਖਾਸ ਦੇਸ ਨਹੀਂ, ਕੋਈ ਭੇਸ ਨਹੀਂ, ਲਿਬਾਸ ਨਹੀਂ, ਤੇ ਨਾ ਹੀ ਕੋਈ ਉਸਦੀ ਰੂਪ ਰੇਖਾ ਨੂੰ ਜਾਣ ਸਕਦਾ ਹੈ, ਤੇ ਨਾ ਹੀ ਉਹ ਕਿਸੇ ਦੇ ਵਿਸ਼ੇਸ਼ ਕਰਕੇ ਰਾਗ ਮੋਹ ਦੇ ਵਿੱਚ ਬੱਝਾ ਹੋਇਆ, ਪਕੜ ਦੇ ਵਿੱਚ ਹੈ, ਮੋਹ ਆਦਿਕਾਂ ਦੇ ਵਿੱਚ ਨਹੀਂ, ਮੋਹ ਆਦਿਕ ਉਹਦੇ ਵਿੱਚ ਨਹੀਂ। ਐਸਾ ਵਾਹਿਗੁਰੂ ਜੀ ਦਾ ਸਰੂਪ ਹੈ। ਜਤਰ ਤਤਰ ਦਿਸਾ ਵਿਸਾ ਹੋਏ ਫੈਲਿਓ ਅਨਰਾਗ, ਜਤਰ ਤਤਰ ਦਿਸਾ ਵਿਸਾ, ਜਤਰ ਤਤਰ ਜਿੱਥੇ ਕਿੱਥੇ, ਦਿਸ਼ਾ ਚਾਰਾਂ ਦਿਸ਼ਾਂ ਵਿੱਚ ਤੇ ਚਾਰਾਂ ਦਿਸ਼ਾਂ ਦੇ ਵਿਸ਼ੇ ਕੋਨਿਆਂ ਵਿੱਚ, ਨੁੱਕਰਾਂ ਵਿੱਚ ਅਨੁਰਾਗ ਪ੍ਰੇਮ ਰੂਪ ਹੋ ਕੇ ਉਹ ਫੈਲਿਆ, ਵਿਆਪਕ ਹੋ ਰਿਹਾ, ਪ੍ਰੇਮ ਰੂਪ ਕਰਕੇ ਨਿਵਾਸ ਕਰ ਰਿਹਾ, ਪ੍ਰੇਮ ਉਹਦਾ ਸਰੂਪ ਮੰਨਿਆ ਜਾਂਦਾ ਹੈ। ਜਿਵੇਂ ਗੁਰਬਾਣੀ ਵਿੱਚ ਵੀ ਲਿਖਿਆ ਨਾ, ਸੁਣੋ ਮੀਤ ਐਸਾ ਪ੍ਰੇਮ ਪਿਆਰ
जी प्राण घट घट आधार। वाहिगुरु का स्वरूप की है प्रेम, ते प्रेम रूप हो के वह सारे संसार दे विच फैलिया हो। जिथे प्रेम दिखे, शुद्ध भावना दिखे, उत्थे वह हाजिर होता है। जिवें रोटी तो बिना बंदा मरता है, इदा प्रेम तो बिना, भावना तो बिना, एक हिसाब दे नाल ये कहना बनता तो नहीं, पर परमेश्वर मरता है। जिथे प्रेम नहीं उत्थे वाहिगुरु भी नहीं। हुण कई सज्जन कह देंदे आ जी प्रेम होना चाहिए, तो कहिंदे भी कोई थर्मामीटर इदां दा ते बनिया नहीं जिहदे नाल चैक कर लईए भी किन्ना क प्रेम है। प्रेम की तो कमाई करनी पैंदी है बाहर, भावना की कमाई करनी पैंदी है बाहर। जिवें कोई सज्जन होवे, बच्चे दे पाटे कपड़े होण, भुखा मरदा होवे न्याणा, ते ਉਹਦੇ ਬਾਪੂ ਨੂੰ ਉਹਦੇ ਘਰ ਵਾਲਿਆਂ ਨੂੰ ਆਪਣੇ ਪਰਿਵਾਰ ਨੂੰ ਕੋਈ ਜਾਣਾ ਕਵੇ, ਸੱਜਣ ਕਵੇ ਵੀ ਤੁਹਾਡੇ ਬੱਚੇ ਦੇ ਹਾਲਾਤ ਬੜੇ ਮਾੜੇ, ਉਹ ਕਵੇ ਨਹੀਂ ਨਹੀਂ ਮੇਰਾ ਤੇ ਦਿਲੋਂ ਪ੍ਰੇਮ ਆ, ਵੀ ਰੋਟੀ ਤੂੰ ਉਹਨਾਂ ਦੇ, ਕੱਪੜੇ ਤੂੰ ਉਹਨਾਂ ਦੇ, ਇਹ ਕਿੱਦਾਂ ਪਤਾ ਵੀ ਇਹ ਕਿੱਦਾਂ ਦਾ ਪ੍ਰੇਮ ਆ। ਇਸੇ ਤਰ੍ਹਾਂ ਕਿਸੇ ਦਾ ਬਜ਼ੁਰਗ ਹੋਵੇ ਵਿਚਾਰਾ, ਬਾਹਰ ਗਲੀਆਂ ਤੁਰਿਆ ਫਿਰਦਾ ਹੋਵੇ, ਬੱਚੇ ਉਹਨੂੰ ਸਾਂਭਦੇ ਨਾ ਹੋਣ, ਮਾਂ ਪਿਓ ਨੂੰ ਪਾਟੇ ਕੱਪੜੇ ਹੋਣ, रोटी कोई दिंदा ना होवे, ते कोई उन्होंने कवे वो ताडे बुजुर्ग दे ते इदां दे हालात, वो कवे ना ना मैं ता दिलों सत्कार करदा, मैं ता दिलों प्रेम रखदा, इदां नहीं हुंदा है। प्रेम दी कमाई करनी पैंदी। किदां पता लगदा प्रेम कि हर रोज महाराज दे दर्शन करदा, घरे बैठे नहीं प्रेम दा पता लगदा। कथा कर सुनता है, कीर्तन सुनता है, भांडे मांजता है, सेवा करता है, इदां प्रेम की कमाई करनी पैंदी। प्रेम रूप होके उहदी प्राप्ति हुंदी, प्रेम रूप धार के वह वाहिगुरु परमेश्वर सारे संसार दे विच बैठा होया है। जिथे ईरखा ना होवे, द्वैष ना होवे, शुद्ध भाव होवे, शुद्ध प्रेम होवे, बिना मतलब तो, बिना वकार तो, उत्थे वह वाहिगुरु हाजर नाजर बैठा मन्या जांदा है। महाराज कहिंदे जत्तर तत्तर दिशा विसा होए फैलियो अनुराग, होइयां भुल्लां चुक्कां दी खिमा जी। अगे वास्ते सारी संगत ने सुमत बख्शड़ी जी, लिख है कत है ना छूटी है, खिन खिन भूलण हार, बख्शन हार बख्शल नानक पार उतार। कृपा करो दीन के दाते, मेरा गुण अवगुण ना बिचारो कोई, माटी का क्या तो पै स्वामी, मानस की गत यही, दास जान कर दास पार, कीजे कृपा पार, आप हाथ राख मोहे, मन बच क्रम विचार। आओ हुण इत्थे ही कथा विचार दी समाप्ति करिए जी। देश और ना भेस जाकर, रूप रेख ना राग, जतर तत्तर दिशा विसा होए फैलियो अनुराग। वाहे गुरु जी का खालसा, वाहे गुरु जी की।